ਖਾਲਸਾ ਗੱਲ ਸੁਣੋ, ਅੱਜ ਆਪਾਂ ਓਪੀਨੀਅਨ ਦਿੱਤਾ ਕਿਰਾਏ ਦੀ ਚੀਜ਼ ਹਾਂਜੀ ਕੀ ਤਾਂ ਸਾਡਾ ਅਸੀਂ ਮੁੰਡਾ ਐਡਰੈਸ ਦੇ ਦਿੰਦੇ ਆਧਾਰ ਕਾਰਡ ਦੇ ਦਿੰਦੇ ਹਾਂ ਤੇ ਮੇਰੀ ਮੂਰਾਂ ਦਾੜੀ ਮੁੰਡਾ ਕਿਰਾਏ ਦੀ ਗੱਲ ਕਰਨਾ ਐਸਐਸਪੀ ਦਫਤਰ ਨਾਲ ਕੱਲ ਨੂੰ ਕੋਈ ਐਡਰੈਸ ਦੇ ਸਾਰੇ ਬੰਦੇ ਜਾਵੜੇ ਹਾਂ ਧਰਨਾ ਲਾ ਦੇ 12 ਕੇ ਵੀ ਆ ਚੱਕ ਕੇ ਉਹਨੂੰ ਸਹੀ ਗੱਲ ਆ ਧਰਨਾ ਲਾ ਦੇ 12 ਕੇ ਵੀ ਆ ਬੰਦਾ ਚੱਕ ਕੇ ਹਾਂ ਆ ਧਰਨਾ ਲਾ ਦੇਵਾਂਗੇ ਸਾਰੇ ਆਸੇ ਪਾਸੇ ਕਿਸਾਨ ਯੂਨੀਅਨ ਰੋਡ ਵੀ ਆ ਬੰਦਾ ਤੇ ਆ ਕੰਮ ਕੀਤਾ ਤੂੰ ਬੰਦਾ ਇਹ ਆ ਆਪ ਉੱਥੇ ਆਉਣਗੇ ਜੀ ਇਹ ਇੱਥੇ ਆਪ ਆਉਣਗੇ ਉਹ ਜੇ ਆਪਾਂ ਸੁੱਤੀ ਉਂਗਲਾਂ ਨਹੀਂ ਨਾ ਘਿਓ ਨਿਕਲਦਾ ਮੁੜ ਕੇ ਮਿੰਗੀ ਵੀ ਕਰ ਲਈਦੀ ਆ ਸਾਡੇ ਕੋਲ ਮੂਵੀ ਆ ਪਿੰਡ ਹੈਗਾ ਵੱਧ ਤੋਂ ਵੱਧ ਮੈਂ ਨਾਲ ਆ ਜਾਂਗੇ ਵਾ ਠੀਕ ਚਲੋ ਚੱਲੀ ਆਪਾਂ ਨਹੀਂ ਤੁਸੀਂ ਵਾਰਸ ਜੀ ਜੋ ਤੁਹਾਨੂੰ ਸਹੀ ਲੱਗਦਾ ਸਿਰ ਮੁੱਕੇ ਮੁਕਾ ਜੋ ਜਿੱਦਾਂ ਵੀ ਮੁਕਾਣੀ ਮੁਕਾ ਕੋਈ ਗੱਲ ਨੀ ਉਹਨਾਂ ਦੇ ਤੁਹਾਡੇ ਕੋਲ ਤੁਸੀਂ ਭੇਜੀ ਅਸੀਂ ਲੈ ਕੇ ਆਏ ਹਾਂ ਅਸੀਂ ਇੱਕ ਵਾਰੀ ਪ੍ਰਾਪਤੀ ਤੌਰ ਤੇ ਪੰਚਾਇਤ ਤੌਰ ਤੇ ਆਏ ਹਾਂ ਨਹੀਂ ਵੀਰ ਜੀ ਪਤਾ ਗੱਲ ਕੀ ਆ ਹੁਣ ਤੁਹਾਡੇ ਕਹਿਣ ਦੇ ਉੱਤੇ ਮਾਤਾ ਜੀ ਪਤਾ ਤੁਹਾਡੇ ਕਹਿਣ ਦੇ ਉੱਤੇ ਉੱਧਰ ਮੈਂ ਸੰਗਤ ਤੋਂ ਕਿੰਨੀਆਂ ਗਾਲਾਂ ਖਾਧੀਆਂ ਸੰਗਤ ਕਹਿੰਦੀ ਤੂੰ ਨਿਆਂ ਨਹੀਂ ਕੀਤਾ ਹਨਾ ਜੋ ਪੰਚਾਇਤ ਕਹਿ ਦੂਗੀ ਆਪਾਂ ਸਿਰ ਮੱਥੇ ਜੋ ਸਾਡੀ ਪੰਚਾਇਤ ਕਹਿ ਦੂਗੀ ਪੰਚਾਇਤ ਆਈ ਪਰਿਵਾਰ ਆਇਆ ਜੋ ਆਇਆ ਸਿਰ ਮੱਥੇ ਸਭ ਕੁਛ ਸਰਕਾਰੀ ਨੌਕਰੀਆਂ ਕਰਦੇ ਸਭ ਕੁਛ ਕਰਦੇ ਦੋ ਮੱਝਾਂ ਖੋਲ ਲੈਣੇ ਵੇਖੀ ਜਾਓਗੇ ਉਹਦਾ ਵਿਚਾਰੀ ਦਾ ਕੁਛ ਵੀ ਅੱਗਾ ਪਿੱਛਾ ਨੀ ਗਾ ਅੱਜ ਤੇ ਕੌੜਾ ਕੁੱਟ ਭਰ ਲਿਆ ਕੱਲ ਨੂੰ ਉਹਨੂੰ ਵਿਚਾਰੀ ਨੂੰ ਕਿਸੇ ਨੇ ਸਾਂਭਣਾ ਨੀ ਆ ਵਿਚਾਰੀ ਦਾ ਕੀ ਆ ਲੱਖ ਰੁਪਇਆ ਤਾਂ ਉਹਨਾਂ ਦਾ ਲੱਭਦੇ ਲੱਭਦੇ ਲੱਗ ਗਿਆ ਯਾਰ ਚਲੋ ਮੈਨੂੰ ਨੀ ਕੋਈ ਇਤਰਾਜ ਆ ਉਹਨਾਂ ਦੇ ਵਾਰਸ ਵਾ ਮੇਰੇ ਵੱਲੋਂ ਹੀ ਫ੍ਰੀ ਜਾ ਵਾਪਸ ਚਲ ਜਾਣ ਮੈਨੂੰ ਕੋਈ ਇਤਰਾਜ ਨਹੀਂ ਠੀਕ ਹੈ ਆ ਉਹਦਾ ਭਰਾ ਵਾ ਆ ਉਹਨਾਂ ਦਾ ਤੁਸੀਂ ਸੰਘ ਜੀ ਮੈਂ ਕਿਸੇ ਫੈਸਲੇ 'ਚ ਨਹੀਂ ਆਉਣਾ ਸੰਘ ਜੀ ਸਾਡਾ ਫਰਜ਼ ਸੀਗਾ ਪਰਿਵਾਰ ਨੂੰ ਮਿਲਾ ਦਿੱਤਾ
ਅਸੀਂ ਕਿਸੇ ਵੀ ਫੈਸਲੇ 'ਚ ਨਹੀਂ ਆਏ ਉਹਦੇ ਨਾਲ 50,000 ਰੁਪਏ ਦਾ ਫੈਸਲਾ ਮੈਂ ਇਸ ਤਰੀਕੇ ਨਾਲ ਕੀਤਾ ਸੀ ਕਿਉਂਕਿ ਵੀਰਾਂ ਨੇ ਸਾਨੂੰ ਮਜਬੂਰ ਕੀਤਾ ਸੀਗਾ। ਚਲੋ ਮੈਂ ਗਲਤੀ ਮੰਨਦਾ ਸੰਗਤ ਤੋਂ ਕਿ ਚਲੋ ਮੈਂ ਉਹਦੇ ਨਾਲ ਘੱਟ ਪੈਸੇ 'ਚ ਰਾਜੀਨਾਮਾ ਕਰ ਲਿਆ ਸੀ, ਪਰ ਅੱਜ ਪਤਾ ਲੱਗਾ ਕਿ ਬੱਚਾ 13 ਸਾਲਾਂ ਤੋਂ ਗੁੰਮ ਆ। ਮੇਰੇ ਵੱਲੋਂ ਇਹ ਵਾਰਸ ਵਾਏ ਆ ਉਸ ਪਿੰਡ ਦੇ, ਉਹਨਾਂ ਦੀ ਪੰਚਾਇਤ ਵਾ, ਉਹਨਾਂ ਦੇ ਵੱਡੇ ਆ, ਉਹਦੀ ਮਾਂ ਆਈ ਆ, ਭਰਾ ਆਏ ਆ। ਮੇਰੇ ਵੱਲੋਂ ਉਹ ਚਾਹੇ ਫ੍ਰੀ 'ਚ ਇੱਥੋਂ ਚੱਲ ਜਾਣ, ਚਾਹੇ ਇਹਨਾਂ ਦੇ ਸਾਰੇ ਪਰਿਵਾਰ ਦੇ ਕਟਨੈਬੀਨ ਤਾਂ ਕੇਸ ਕਰ ਦੇਣ, ਮੈਨੂੰ ਜੋ ਇਹ ਪੰਚਾਇਤ ਦਾ ਫੈਸਲਾ ਹੋਊਗਾ, ਪਰਿਵਾਰ ਦਾ ਫੈਸਲਾ ਹੋਊਗਾ, ਮੇਰੇ ਵਾਸਤੇ ਸਿਰ ਮੱਥੇ ਆ ਜੀ। ਮੈਂ ਤੁਹਾਡੇ ਕਿਸੇ ਫੈਸਲੇ 'ਚ ਨਹੀਂ ਆਉਣਾ। ਹਾਂ ਜੇ ਤੁਸੀਂ, ਹਾਂ ਜਿੱਦਾਂ ਤੁਸੀਂ ਵੱਡੇ, ਕਿਉਂਕਿ ਮੇਰੇ ਇਹ ਪਿਓਾਂ ਸਮਾਨ ਵਾ, ਠੀਕ ਹੈ, ਮੇਰੇ ਵੱਡੇ ਆ, ਇਹਨਾਂ ਦੇ ਅੱਗੇ ਮੈਂ ਬੋਲਦਾ ਚੰਗਾ ਵੀ ਨਹੀਂ ਲੱਗਦਾ। ਹਾਂ ਕੋਈ ਨਾ ਰਾਇ ਦਿੰਦਾ ਵੀ ਚੰਗਾ ਨਹੀਂ ਲੱਗਦਾ, ਤੁਸੀਂ ਵੱਡੇ ਜੀ, ਤੁਸੀਂ ਸਿਆਣੇ ਜੀ। ਪਾਣੀ ਸਾਡਾ ਕੰਮ ਸੀਗਾ ਵਿਚਕਾਰ ਪੁਲ ਬਣਦਾ, ਠੀਕ ਹੈ ਜੀ, ਉਹ ਹੁਣ ਮੁਸਾਫਰ ਇੱਕ ਦੂਜੇ ਨੂੰ ਮਿਲ ਪਏ ਆ, ਹੁਣ ਜੋ ਚਾਹੁਣਗੇ ਉਹ ਕਰ ਲੈਣ। ਸਹੀ ਗੱਲ, ਧਰਨਾ ਲਾ ਦਿਆਂਗੇ 12 ਕੇ ਲਿਆ ਬੰਦਾ ਚੱਕ ਕੇ, ਧਰਨਾ ਲਾ ਦਿਆਂਗੇ ਸਾਰੇ ਆਸੇ ਪਾਸੇ ਕਿਸਾਨ ਯੂਨੀਅਨ ਰੋਡ ਵੀ ਆ ਬੰਦਾ ਤੇ ਆਹ ਕੰਮ ਕੀਤਾ ਤੂੰ ਬੰਦਾ ਆਪ ਉੱਥੇ ਆਉਣਗੇ ਇੱਥੇ ਆਪ ਆਉਣਗੇ ਉਹ ਜੇ ਆਪਾਂ ਸੁੱਤੀ ਉਂਗਲਾਂ ਨਹੀਂ ਨਾ ਕਿਉਂ ਨਿਕਲਦਾ ਮੁੜ ਕੇ ਮਿੰਗੀ ਵੀ ਕਰ ਲਈਦੀ ਆ ਪਹਿਲਾਂ ਜਾ ਕੇ ਐਸਐਸਪੀ ਪਾਰ ਦੇ ਅੱਗੇ ਧਰਨਾ ਵੀ ਲਾਵਾਂਗੇ ਵੀ ਨਾ ਬੜੇ ਸੋਨਿਹਾਲ ਚੰਗਾ ਜੀ। ਸਾਨੂੰ ਕੋਈ ਖਿਆਲ ਨਹੀਂ ਸੀ ਇੱਥੇ, ਅਸੀਂ ਤਾਂ ਤੁਰੇ ਆਉਂਦੇ ਹੰਭ ਕੇ ਇਹ ਪਿੰਡ ਕਿਹੜਾ ਸਰ? ਪੁੱਦਾ ਵਾ। ਨਹੀਂ ਬਸ ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਇਹੋ ਪਿੰਡ ਆਪਣਾ ਭਾਦਾ ਪਿੰਡ ਹੈਨਾ? ਭਾਦਾ ਇਹ ਕਿਹੜਾ ਪਿੰਡ ਆ? ਇਹ ਪਿੰਡ ਭਰਿਆਲ ਚ ਹੈ। ਨਹੀਂ ਭਾਦਾ ਨੀ ਪਿੰਡ, ਭਾਦੇ ਦੀ ਪੰਚਾਇਤ। ਚਲੋ ਚਲੋ ਧੰਨਵਾਦ ਜੀ। ਨਹੀਂ ਬਸ ਚੜ੍ਹਦੀ ਕਲਾ ਜੀ। ਉੱਥੇ ਚੱਲੀਏ ਆਪਾਂ, ਐਸਐਸਪੀ ਦਫ਼ਤਰ ਚੱਲੀਏ, ਉੱਥੇ ਜਾ ਕੇ ਆਪਾਂ ਦਰਖਾਸਤ ਦੇਈਏ। ਹਾਂ ਹਾਂਜੀ, ਉੱਥੇ ਉੱਥੇ ਆਪਣੇ ਫਿਰੋਜ਼ਪੁਰ ਉੱਥੇ ਆਉਣਗੇ, ਨਾਲ ਇਹਨਾਂ ਨੂੰ ਪਤਾ ਲੱਗੂਗਾ। ਹਾਂਜੀ ਹਾਂ ਦਿਖਾ ਲੈ, ਸਾਰੇ ਦਿਖਾ ਦੇ, ਦਿਖਾ ਦੇ ਸਾਰੇ, ਦਿਖਾ ਦੇ ਸਾਰੇ ਬੰਦੇ ਜਿੰਨੇ ਉੱਪਰ ਤੱਕ ਖੜੇ ਨਾ। ਹਾਂਜੀ ਸਾਰੇ ਫੋਟੋ ਖਿੱਚ ਲੈ। ਹਾਂਜੀ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਇੰਨਾ ਆਏ ਆ ਨਾਲ, ਠੀਕ ਹੈ ਜੀ। ਹਾਂ ਸਾਰੇ ਲੈ ਆ, ਮੈਂ ਉਹ ਵੀ ਤੁਹਾਨੂੰ ਫੋਟੋਆਂ ਪਾਊਂਗਾ ਜਿਹੜਾ ਕੰਮ ਕਰਦੇ ਜੀ। ਭਾਈ ਕਾ ਸੁਣ, ਕੰਮ ਕਰਦੇ ਜੇ ਫੋਟੋਆਂ ਹੀ ਪਾਊਂਗਾ। ਮੇਰੀ ਕਾ ਸੁਣ, ਹਾਂਜੀ ਹੈਗਾ ਚਿੱਠੀ ਐਤਵਾਰ। ਹਾਂਜੀ ਅਸੀਂ ਕਰਦੇ ਹਾਂ ਸੰਪਰਕ, ਹਾਂਜੀ ਪਾਲਣਾ ਲੀਡਰ ਨਾਲ। ਹਾਂਜੀ ਉਹਨੂੰ ਸਾਰੀਆਂ ਫੋਟੋ ਵਿਖਾ ਦਿਆਂਗੇ। ਹਾਂਜੀ ਸਾਡੇ ਪਿੰਡੋਂ ਬੰਦਾ ਚੱਕਿਆ ਗਿਆ ਸੀ। ਹਾਂਜੀ ਤੇ ਲਾ ਨਾ ਆਈ ਜੀ ਤੱਕ ਭੱਜੇ ਫਿਰਦੇ ਸੀ ਵੀ ਘਰਾਂ ਤੋਂ ਬੰਦਾ ਚੱਕਿਆ ਗਿਆ। ਹਾਂਜੀ ਜੇ ਨਾ ਸਾਡੀ ਗੱਲ ਸੁਣ ਕੇ
ਤੇ ਅਸੀਂ ਵੀ ਗੁਰੂ ਨੂੰ ਮੰਨਣ ਵਾਲੇ ਅਸੀਂ ਉਹਦੇ ਐਸਐਸਪੀ ਦੇ ਬਾਅਦ ਚ ਧਰਨਾ ਜਦੋਂ ਅਸੀਂ ਮਾਫੀ ਮੰਗਦੇ ਫਿਰ ਤੁਸੀਂ ਹੁਣ ਐਸਐਸਪੀ ਨਹੀਂ ਤੇ ਫਿਰ ਹੁਣ ਮਾਫੀ ਕਾਦੀ ਮੰਗਦੇ ਆ ਹੱਕ ਤਾਂ ਅਸੀਂ ਦੇ ਦਿੱਤਾ ਹੱਕ ਕਾਦਾ ਹੱਕ ਦੇ ਦਿੱਤਾ ਹੱਕ ਤੇ ਦੇ ਦਿੱਤਾ ਸਾਨਾਂ ਨੇ ਮੈਂ ਤੁਹਾਨੂੰ ਦੱਸਦਾ 13 ਸਾਲਾਂ ਦੇ ਅੱਧ ਜੇ ਇੱਕ ਮਿੰਟ ਮੇਰੀ ਗੱਲ ਅਸੀਂ ਜਿਹੜੀ ਸਰਦਾਰ ਜੀ ਤੋਂ ਕੋਈ ਫੈਸਲਾ ਕਰ ਗਏ ਕਿ ਸਾਡਾ ਫੈਸਲਾ ਜੀ ਮੈਂ ਅੱਗੇ ਕਹਿੰਦਾ ਫੈਸਲਾ ਅੱਗੇ ਵੀ ਸ਼ਿਆਮੀ ਨਰ ਸਾਹਿਬ ਨਾਲ ਕੀਤਾ ਸੀਗਾ ਉਹ ਸਰਪੰਚ ਅਸੀਂ ਤੇ ਨਹੀਂ ਤੁਹਾਡੇ ਕੋਲੋਂ ਡਬਲ ਲੈ ਲਿਆ ਉਸਨੇ ਜਾਂ ਤੂੰ ਕਹਿੰਦਾ ਵੀ ਬਾਅਦ ਚ ਕਰ ਲਾਂ ਅਸੀਂ ਪੈਸੇ ਇਹਨਾਂ ਕੋਲ ਹੀ ਆ ਪੈਸੇ ਸਰਪੰਚ ਸਾਹਿਬ ਕੋਲ ਹੀ ਆ ਹਾਂ ਪੈਸੇ ਹੀ ਲੈਣੇ ਵੀ ਨਹੀਂ ਹੁਣ ਆ ਜਾਓ ਚਲੋ ਆਇਓ ਚੱਲੀਏ ਜਦੋਂ ਆਪਾਂ ਕੱਲਾ ਮਾਸਟਰ ਸੱਦ ਲੈਣਾ ਸਾਰੇ ਆਉਣਗੇ ਤੇ ਸੱਦਣਾ ਵੀ ਮਾਸਟਰ ਉਰਦੂ ਮਾਸਟਰ ਲੱਗਾ ਤੇ ਮੌਲਵੀ ਪੜ੍ਹਾਉਂਦਾ ਉਹਨੂੰ ਲੈ ਜਾਓ ਜਿੱਦਣ ਮਰਜ਼ੀ ਨਹੀਂ ਨਾ ਕੋਈ ਗੱਲ ਨਹੀਂ ਆ ਸਰਕਾਰ ਜੇ ਸਰਕਾਰੀ ਨਹੀਂ ਆ ਤੇ ਬੰਦੇ ਚੁੱਕੀ ਲਿਆਉਣੇ ਫਿਰ ਲੱਭੀ ਬੂਟੇ ਦੇ ਨਾ ਗੱਲ ਕੋਈ ਗੱਲ ਨੀ ਚਾਲ ਬਾਈ ਕਾਰ ਸਟਾਰਟ ਹੋਈ ਹਾਂਜੀ ਕੋਈ ਗੱਲ ਨਹੀਂ ਆਪਾਂ ਹੈਗੇ ਹਾਂ ਬਾਕੀ ਸਰ ਮੇਰੀ ਗੱਲ ਸੁਣੋ ਬਾਕੀ ਇਹਨਾਂ ਵੀਰਾਂ 'ਤੇ ਲੱਭੀ 'ਤੇ ਬੂਟੇ 'ਤੇ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਉਹਦੇ ਵਿੱਚ ਜ਼ਿੰਮੇਵਾਰ ਤੁਸੀਂ ਹੋਗੇ ਤਿਆਰ ਆ ਪਾਗਲ ਥੋੜੇ ਅਸੀਂ ਪੜ੍ਹੇ ਲਿਖੇ ਸਰਦਾਰ ਜੀ ਜਿੱਦਾਂ ਦੀ ਗੱਲਾਂ ਤੂੰ ਕਰਨ ਸਾਡੀ ਕੋਈ ਗੱਲ ਨੀ ਸਾਡੇ ਆਉਂਦੇ ਨਹੀਂ ਮਕਾਉਣਾ ਕੀ ਆ ਪੰਚਾਇਤ ਬੈਠੀ ਆ ਮੈਂ ਤੇ ਹੁਣ ਵਿੱਚ ਕੋਈ ਹੈਗਾ ਨੀ ਤੇ ਪਕਾਊਗਾ ਕੋਈ ਗੱਲ ਨੀ ਉੱਥੇ ਆਪੇ ਮਕਾ ਲੈਣਗੇ ਜੋ ਨਾਲੇ ਫਿਰੋਜ਼ਪੁਰ ਲਾ ਪਤਾ ਲੱਗ ਜੂ ਫਿਰੋਜ਼ਪੁਰ ਹੈ ਕਿੱਥੇ ਗਾ ਹਾਂ ਕੋਈ ਗੱਲ ਨਹੀਂ ਚੱਲ ਨਿਸ਼ਾਨ ਵੀਰ ਜੀ ਲਿਆਓ ਗੱਡੀ ਲਿਆਓ ਗੱਡੀ ਲਿਆਓ ਗੱਡੀ ਹਾਂ ਦਾਦੇ ਦੇ ਬਾਰੇ ਕਹਿ ਦੇ ਪਿੰਡ ਵਾਲੇ ਕੋਈ ਨੀ ਅੱਜ ਵੀ ਜਾਂ ਸਾਡੇ ਕੋਲ ਵਰ ਖਿਲਾਫ ਜਾਂ ਕੋਈ ਝਗੜਾ ਪਸਾਰ ਕੀਤਾ ਹੋਵੇ ਜਾਂ ਕੋਈ ਵੀ ਗੱਲ ਹੁੰਦੀ ਹੈ ਵਿੱਚ ਤੇ ਫਿਰ ਵੀ ਕਹਿ ਦੇ ਪਰਿਵਾਰ ਲਈ ਖੜਨੇ ਆ ਆਪਣੇ ਤੌਰ ਤੇ ਹੀ ਉਹ ਅਸੀਂ ਮੁਕਾਤੀ ਸੀ ਉਧਰ ਮੁੱਕ ਗਈ ਹੁਣ ਉਹਦਾ ਪਰਿਵਾਰ ਆ ਗਿਆ ਪਰਿਵਾਰ ਆ ਗਿਆ
ਤੇ ਸ਼ੁਕਰ ਹੈ ਜੋਤੀ ਲਿਆਂਦਾ ਉਥੇ ਜੱਟਾਂ ਦੇ ਘਰੋਂ ਕੇ 14 ਸਾਲ ਬਾਅਦ ਜਾਂਦਾ ਕੀ ਲਿਆ ਉਹਨਾਂ ਨੂੰ ਕੁਝ ਨਹੀਂ ਕਰਦਾ ਚੱਲ ਹੁਣ ਉਹਦੇ ਘਰ ਦੇ ਹੱਥ ਹੋ ਗਈ ਆ ਤੁਸੀਂ ਫੇਰ ਫੜ ਕੇ ਭਾਜੀ ਇਹ ਕੋਈ ਨਿਆਣੀ ਗੱਲ ਨਹੀਂ ਨਾ ਕਰਦਾ ਤੁਸੀਂ 14 ਸਾਲ ਉਹ ਪਿੰਡ ਦਾ ਪੁੱਛ ਨਾ ਕੁਝ ਮੁੰਡੇ ਨੂੰ ਪਤਾ ਮੈਨੂੰ ਵੀ ਉਹ ਮੇਰੇ ਨਾਲ ਪਤਾ ਜਿੰਨਾ ਆਪੇ ਲੈਂਦਾ ਸੀ ਜਾ ਕੇ ਇੱਕ ਪਾਲਵੀਰ ਵੀ ਲੈ ਕੇ ਆਇਆ ਵਾ ਨਹੀਂ ਨਹੀਂ ਉਹਨਾਂ ਕਿੱਲਿਆਂ ਨੂੰ ਨੰਬਰ ਵੀ ਪਤਾ ਨਹੀਂ ਉਹ ਦੂਜੀ ਗੱਲ ਕੋਈ ਗੱਲ ਨਹੀਂ ਇਹਨੇ ਠਵਾਉਣਾ ਹੀ ਉਹਨਾਂ ਨੂੰ ਸਾਡੋ ਬਾਰੇ ਕੀ ਇਹ ਬੰਦੇ ਨੇ ਤੈਨੂੰ ਪੜ੍ਹਨੇ ਪਾਉਣਾ ਹੀ ਇੱਕ ਵਾਰੀ ਗੱਲ ਯਾਦ ਰੱਖ ਲਈ ਇਹ ਬੰਦੇ ਨੇ ਤੁਹਾਨੂੰ ਪੜ੍ਹਨੇ ਪਾਉਣਾ ਹੀ ਪਰਿਵਾਰ ਤੋਂ ਮੰਗੋ ਮੇਰੇ ਵੱਲੋਂ ਫ੍ਰੀ ਚ ਤੁਹਾਨੂੰ ਛੱਡ ਦੇਣ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਠੀਕ ਹੈ ਜੀ ਹਾਂ ਹਾਂ ਠੀਕ ਹੈ ਜੀ ਹਾਂ ਬਸ ਇੰਨੇ ਬੰਦੇ ਨੇ ਪੜ੍ਹਨੇ ਪਾਉਣੇ ਹਾਂ ਚੱਲੀ ਕੋਈ ਗੱਲ ਨੀ ਕੋਈ ਗੱਲ ਨੀ ਹਾਂ ਇਹਦਾ ਇਹਦਾ ਬਾਈ ਤੇਰਾ ਨਾਂ ਕੀ ਆ ਹੈ ਬਾਈ ਇਹਦਾ ਨਾਂ ਮੁਹੰਮਦ ਕੀ ਮੁਹੰਮਦ ਸਦੀਕ ਇਹਦੀ ਵੀ ਫੋਟੋ ਲੈ ਲਈ ਚੰਗੀ ਤਰ੍ਹਾਂ ਵੀਰ ਦੀ ਹਾਂ ਤੇ ਫਿਰ ਫੈਸਲੇ 'ਚ ਤਾਂ ਆਉਣ ਡਿਆ ਨਾ ਆਹੋ ਕੋਈ ਗੱਲ ਨੀ ਵਧੀਆ ਵਧੀਆ ਉਹ ਖੋਲ੍ਹੀ ਲਓ ਖੋਲ੍ਹੀ ਲਓ ਪੈਸੇ ਕੋਈ ਗੱਲ ਨਹੀਂ ਤੁਸੀਂ ਦੇ ਦਿਓ ਇਹਨਾਂ ਨੂੰ ਉਹਨਾਂ ਕਿਹਾ ਨਹੀਂ ਉਹਨਾਂ ਪਠਾਨਕੋਟ ਉੱਥੇ ਆਉਣਾ ਖਰਚਾ ਲੱਗਣਾ ਇਹਨਾਂ ਦਾ ਉਹਨਾਂ ਕਿਹਾ ਦੇ ਦਿਓ ਇਹਨਾਂ ਨੂੰ ਬਾਬਾ ਜੀ ਠੀਕ ਬਾਬੇ ਮੇਰੀ ਗੱਲ ਸੁਣੋ ਮੈਂ ਕਿਸੇ ਵੀ ਮੇਰੀ ਗੱਲ ਸੁਣੋ ਪਤਾ ਕੀ ਆ ਉਹ ਪਰਿਵਾਰ ਵਾ ਉਹਦਾ ਮੈਂ ਮੇਰੀ ਗੱਲ ਤੁਸੀਂ ਮੇਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਡਾ ਉਹ ਮਾਂ ਵਾ ਉਹ ਭਰਾ ਵਾ ਉਹ ਪੰਚਾਇਤ ਵਾ ਮੇਰੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਡਾ ਹਾਂਜੀ ਭਾਅ ਜੀ ਉਹਨਾਂ ਨੂੰ ਗੱਲ ਕਰੋ ਗੱਲ ਤੁਸੀਂ ਉਹਨਾਂ ਨਾਲ ਮੈਂ ਤਾਂ ਮੈਂ ਜੇ ਮੈਂ ਗੱਲ ਕਰਨੀ ਹੁੰਦੀ ਮੈਂ ਉਹਨਾਂ ਨੂੰ ਕਤੋਂ ਲੈ ਕੇ ਆਉਂਦਾ ਨਾਲ ਪਰਿਵਾਰ ਮੈਂ ਨਾਲ ਲਿਆਂਦਾ ਵਾ ਵੀ ਤਾਂ ਦੀ ਨਾਲ ਲਿਆਂਦਾ ਵਾ ਵੀ ਤੁਸੀਂ ਆਹਮੋ ਸਾਹਮਣੇ ਬਹਿ ਕੇ ਇੱਕ ਦੂਜੇ ਨਾਲ ਸਿੱਧੀ ਗੱਲ ਕਰ ਲਓ ਠੀਕ ਹੈ ਜੀ ਉਹ ਪਰਿਵਾਰ ਹੁਣ ਹੈਗਾ ਵਾ ਇਸ ਟਾਈਮ ਇਹਨਾਂ ਕੋਲ ਮੌਕਾ ਹੈਗਾ ਵਾ ਠੀਕ ਹੈ ਜੀ ਜੋ ਗੱਲ ਕਰਨੀ ਕਰ ਲਓ ਬਾਅਦ ਵਿੱਚ ਇਹ ਜਾਣਨ ਉਹ ਜਾਣ ਮੇਰੇ ਵੱਲੋਂ ਭਾਵੇਂ ਫ੍ਰੀ 'ਚ ਛੱਡ ਦੇਣ ਮੇਰੇ ਵੱਲੋਂ ਭਾਵੇਂ ਇੱਦਾਂ ਦੇ ਪਰਚਾ ਕਰਵਾ ਦੇਣ ਉਹ ਹੁਣ ਪਰਿਵਾਰ 'ਤੇ ਡਿਪੈਂਡ ਹੈ ਜੀ ਠੀਕ ਹੈ ਜੀ ਇਹ ਹੁਣ ਪਰਿਵਾਰ ਦਾ ਫੈਸਲਾ ਵਾ ਮੇਰਾ ਫੈਸਲਾ ਨਹੀਂ ਹੈ ਜੀ ਜਿੰਨਾ ਚਿਰ ਮੇਰਾ ਫੈਸਲਾ ਸੀ ਮੈਂ ਤੁਹਾਨੂੰ ਕਹਿ ਦਿੱਤਾ ਮੈਨੂੰ ਇਹਨਾਂ ਨੇ ਬੇਵਕੂਫ ਬਣਾ ਕੇ ਇਹਨਾਂ ਨੇ ਉੱਥੇ ਕਹਿਤਾ ਵੀ ਇਹ 50,000 ਰੁਪਇਆ ਲੈ ਲਾ ਉਹ ਵੀ ਇੰਨੇ ਸਮੇਂ ਦਾ ਸੰਗਤ ਦਾ ਜਿਹੜਾ ਵਿਰੋਧ ਮੈਨੂੰ ਝੱਲਣਾ ਪਿਆ ਮੈਂ ਤਾਂ ਇੱਥੇ ਦੀ ਕਾਲ ਨਹੀਂ ਦਿੱਤੀ ਜੇ ਕਾਲ ਦਿੱਤੀ ਨਹੀਂ ਤਾਂ ਇੱਥੇ ਮੇਰੇ ਸਾਨ ਉੱਥੇ ਸਾਰਾ ਬਠਿੰਡਾ ਪਠਾਨਕੋਟ ਆ ਕੇ ਖਲੋ ਜਾਣਾ ਸੀਗਾ ਆਹੋ ਪਤਾ ਮੈਨੂੰ ਵੀ ਉਹਦੀ ਲਾਲ ਦਾੜੀ ਆ ਉਹ ਇਹਨਾਂ ਕੋਲ ਹੀ ਆ ਉਹ ਵੀ ਇਹਨਾਂ ਕੋਲ ਹੀ ਆ ਉਹ ਵੀ ਉਹਦੇ ਨਾਲ ਵੀ ਮੈਂ ਉਹਦੇ ਵੱਲੋਂ ਵੀ ਮੈਂ ਆਇਆ ਜਾਣਾ ਥੋੜ੍ਹੇ ਦਿਨਾਂ ਦੀ ਬਸ ਹਾਂ ਚਲੀਏ ਬਾਈ ਉਹ ਪਰਿਵਾਰ ਵਾ ਮੇਰੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹਨਾਂ ਦਾ ਕਰ ਲੈਣਾ ਵੀਡੀਓ ਬਣ ਗਈ ਆ ਮੈਂ ਦੂਜਾ ਮੈਂ ਥੋੜ੍ਹਾ ਆਪਾਂ ਬੋਲ ਦੇਣਾ ਬੰਦ ਕਰ ਲੋ ਦੋ ਮਿੰਟ
ਬੰਦ ਕਰ ਲਓ, ਬੰਦ ਕਰ ਲਓ। ਮਿਹਨਤ ਬਣਦੀ ਆ, ਉਦੋਂ ਵੀ ਘੱਟ ਲਈ, ਉਦੋਂ ਘੱਟ ਲਈ, ਬਹੁਤ ਘੱਟ। ਚਲੋ ਜਿੰਨੀ ਵੀ 90-95 ਬਣਦਾ ਸੀ, 90-99 ਹਜ਼ਾਰ ਰੁਪਇਆ ਬਣਦਾ ਸੀਗਾ। ਇਹ ਪੈਰੀ ਹੱਥ ਲਾਉਣ ਤੱਕ ਆ ਗਏ। ਮੇਨ ਗੱਲ, ਮੇਰੀ ਗੱਲ ਸੁਣੋ, ਆਹ ਵੀਰ ਸੀਗਾ, ਇਹਨੇ ਵੀਰ ਨੇ ਮੈਨੂੰ ਦੱਸ ਪਾਈ ਮੈਂ ਕਿਉਂ ਮਜਬੂਰ ਆ। ਮੇਰੀ ਇੱਕ ਮਿੰਟ, ਮੇਰੀ ਮੇਰੇ ਸਲਾਹ ਲਓ, ਪਹਿਲੇ ਮੇਰੀ ਸਲਾਹ ਬੋਲੋ ਬੋਲੋ। ਉਹ ਵੈਣਾ ਨਾਲ ਫੈਸਲਾ ਲਿਆ ਕਰ, ਹਾਂ ਜੋ ਵੀ ਹੋਇਆ, ਹਾਂ ਚਲੋ ਮੈਂ ਮੰਨਦਾ ਵੈ ਕਿ ਤੋ ਫੈਸਲਾ ਵੀ ਮਨਜ਼ੂਰ ਨਹੀਂ ਆ, ਇਹਨਾਂ ਨੂੰ ਮਨਜ਼ੂਰ ਨਹੀਂ ਆ, ਮੰਨ ਲਓ ਮੰਨ ਲਓ। ਲੇਕਿਨ ਹੁਣ ਮੈਂ ਕਹਿੰਦਾ ਕਿ ਦੇਖ ਲਓ, ਹੋਰ ਥੋੜ੍ਹਾ ਜਿਹਾ ਨਾ ਪੁੱਛ ਲੈਂਦੇ ਵੀ ਯਾਰ ਜੇ ਉਹਦੀ ਮਿਹਨਤ ਨਾਮਾ ਹੋਰ ਦਿੰਦੇ ਹੋ ਤੇ ਇਹਨਾਂ ਨੂੰ, ਹਾਂ ਤੇ ਯਾਰ ਗੱਲ ਮੁਕਾਈ ਅੱਗੇ ਤੁਹਾਡੀ ਮਰਜ਼ੀ। ਮੈਂ ਤਾਂ ਸੁਣਨਾ ਇੱਥੇ ਬੰਦਿਆਂ ਨੂੰ ਹੋਰ ਵੀ ਪਿਆ ਸੀ, ਹਾਂਜੀ ਇਹ ਕਹਿੰਦੇ 6 ਮਹੀਨੇ, ਹਾਂਜੀ ਹਾਂਜੀ, ਅਸੀਂ ਕਹਿੰਦੇ 13 ਸਾਲ, ਹਾਂ ਅਸੀਂ 13 ਸਾਲ ਹੀ ਕਹਿੰਦੇ, ਹਾਂਜੀ ਹਾਂਜੀ। ਮੈਂ ਤਾਂ ਇਹ ਵੀ ਕਿਹਾ ਸੀ ਅੱਧ 'ਚ ਹੀ ਕਰ ਦਿਓ, 6 ਸਾਲ ਕਰ ਦਿਓ, ਇਦੋਂ ਹੋਰ ਕੀ ਛੋਟ ਮਿਲ ਸਕਦੀ ਹੈ, ਅੱਧੋ ਅੱਧ ਆ। ਦੱਸੋ ਤੁਸੀਂ ਸਰਪੰਚ ਆ, ਮੈਂ ਮੰਨਦਾ ਵਾ ਪਰ ਹੁਣ 6 ਸਾਲ ਉਹਨਾਂ ਨੂੰ ਵੀ ਇਹਨਾਂ ਦੇ ਹੋਇਆ ਰੱਖੇ ਨੇ ਭਾਜੀ, ਭਾਵੇਂ 3 ਮਹੀਨੇ ਰੱਖੇ ਨੂੰ ਹੋ ਗਿਆ, 3 ਮਹੀਨੇ ਦਾ ਵੀ ਪਰਚਾ ਉਹੀ ਬਣਨਾ ਵਾ, ਸਹੀ ਫੈਸਲਾ ਤੇ ਕਰਨਾ ਬਹੁਤ ਬਾਰਾਂ ਦਾ ਕੰਮ। ਤੁਸੀਂ ਤੁਸੀਂ ਵੋਟਾਂ ਵਾਲੇ ਕਿਉਂ ਵੇਖੀ ਜਾਂਦੇ ਜੀ? ਤੁਸੀਂ ਜਦੋਂ ਆਪਾਂ ਪੰਚਾਇਤ 'ਚ ਬੈਠੇ ਨਾ, ਆਪਣੇ ਵਾਸਤੇ ਦੋਵੇਂ ਤਰ੍ਹਾਂ ਬਰਾਬਰ ਆ। ਸਾਡੇ ਵੱਲ ਦੀ ਕਿਹੜੀ ਗੱਲ ਕੀਤੀ ਜੀ ਉਦਣ ਦੀ, ਇਹ ਦੱਸੋ ਤੁਸੀਂ ਵੋਟਾਂ ਵੱਲ ਦੀ ਵੇਂਦੇ ਪਏ, ਉਦਣ ਦੀ ਸਾਡੇ ਵੱਲ ਦੀ ਕਿਹੜੀ ਗੱਲ ਕੀਤੀ ਜੀ? ਇੱਕ ਮਿੰਟ ਮਾੜਾ, ਵੋਟਾਂ ਕੋਈ ਚੱਕਰ ਨਹੀਂ ਹੈਗਾ। ਅੱਛਾ 13 ਤੋਂ ਅੱਧਾ ਸਾਲ ਕਹਿੰਦੇ, 6 ਸਾਲ ਕਹਿੰਦੇ ਨਾ, ਤੁਸੀਂ ਆਪਣੇ ਮੇਰੇ, ਮੈਂ ਕਸਮ ਨਾਲ ਕਹਿ ਰਿਹਾ ਵੀ ਨਹੀਂ 13 ਸਾਲ ਹੋ ਸਕਦਾ ਜਿੰਨਾ ਦਾ ਦੱਸਿਆ ਉਸਦਾ ਤੁਹਾਡੇ ਸਾਹਮਣੇ ਫੈਸਲਾ ਹੋਇਆ। ਨਹੀਂ ਇਹ ਗੱਲ ਸਾਰੇ ਵਿੱਚ ਇਹ ਗੱਲ ਤੇ 6 ਸਾਲ ਕਹਿੰਦੇ, ਅਸੀਂ ਤੁਹਾਨੂੰ ਨਾ 13 ਸਾਲਾਂ ਦੀ ਰਿਪੋਰਟ ਵਿਖਾ ਦੇਵਾਂਗੇ ਵੀ ਅੱਧ ਕਰਨਾ। ਮੈਂ ਮੰਨ ਲਾ ਉੱਥੋਂ ਜਾ ਨਿਕਲਿਆ ਘਰੋਂ, ਘਰੋਂ 13 ਸਾਲ ਦਾ ਨਿਕਲਿਆ, ਮੈਂ ਵੀ ਮੰਨੇ ਕਰਨਾ। ਨਹੀਂ ਅਸੀਂ ਰਿਪੋਰਟ ਵੀ ਲਿਖਾਈ ਥਾਣੇ 'ਚ, ਮੈਂ ਮੰਨਦਾ ਰਿਪੋਰਟ ਲਿਖਾਈ ਹੈ, ਚਾਹੇ ਇਹ ਲਿਖਾ ਦੇਣ ਵੀ ਕਿਸੇ ਕੋਈ ਪੋਸਟ ਪਾਇਆ, ਚਾਹੇ ਕਿਤੇ ਰਿਪੋਰਟ ਦਿੱਤੀ ਵੀ ਸਾਡੇ ਕੋਲ ਬੰਦਾ ਬੇਵਾਰਸ ਹੈ। ਨਹੀਂ ਲੱਗਦਾ, ਮੇਰਾ ਤਾਂ ਨਹੀਂ ਲੱਗਦਾ। ਤੈਨੂੰ ਇਹਨਾਂ ਨੇ ਪਹਿਲਾਂ ਦਾ ਹਰਨੀ ਸੀ ਕਿਹੜੇ, ਜਦੋਂ ਮੈਂ ਰਾਤ ਨੂੰ ਆਇਆ ਉਸੇ ਦਿਨ ਤੈਨੂੰ ਉਹਦਾ ਰਾਤ ਦੱਸਿਆ, ਤੁਹਾਨੂੰ ਮੈਨੂੰ ਖੁਦ ਪਤਾ, ਹੋਰ ਦੱਸਣਾ ਹੀ ਨਹੀਂ ਤੁਸੀਂ ਇਸੇ ਚੀਜ਼ ਦਾ ਤੁਸੀਂ ਦੱਸ ਦਿਓ, ਤੁਹਾਨੂੰ ਉਦਣ ਰਾਤ ਨੂੰ ਦੱਸਿਆ, ਪਹਿਲਾਂ ਨਹੀਂ ਦੱਸਿਆ। ਹੋ ਸਕਦਾ ਜੇ ਤੂੰ ਕਰੇਗਾ ਤਾਂ, ਹਾਂ ਜੇ ਤੂੰ ਕਰੇਗਾ ਸਾਰਾ ਹੋ ਸਕਦਾ, ਤੂੰ ਆਪਦੇ ਨਹੀਂ ਕਰਦਾ ਸਾਰਾ ਹੋ ਸਕਦਾ। ਅਜੋ ਇੱਕ ਮਤਲਬ ਪੂਰੇ ਸਾਲ ਦੀ ਇਹ ਸਾਥੋਂ ਜਿਹੜਾ ਫੈਸਲਾ ਜਿਹੜਾ, ਹਾਂ ਨਹੀਂ ਨਹੀਂ ਸਾਲ ਦਾ ਹਾਂ ਸਹੀ ਗੱਲ ਹੈ।
ਆਹੋ ਜੇ ਮਨਜ਼ੂਰ ਆ ਤਾਂ ਵੀ ਠੀਕ ਆ ਸਰਪੰਚ ਨੂੰ ਕੋਣ ਮੈਂ ਮੰਜੀ ਠੋਕਣ ਦੇ ਬਣੇ ਨਾ ਦੋਨੇ ਸਰਪੰਚ ਸਰਪੰਚ ਸਲਾਹ ਕਰੋ ਯਾਰ ਜਾਓ ਦੋਨੇ ਸਰਪੰਚ ਸਰਪੰਚ ਕਰੋ ਚੱਲ ਆ ਜਾਓ ਕੱਲ ਨੂੰ ਕੋਈ ਆਖੂਗਾ ਨਾ ਵੀ ਯਾਰ ਨਹੀਂ ਏਦਾਂ ਹਨਾ ਆਹੋ ਸਾਰੀ ਪੰਚਾਇਤ ਐਡੀ ਦੂਰੋਂ ਆਈ ਤੇ ਸਰਪੰਚ ਕੱਲਾ ਵੀ ਹਨਾ ਕੱਲ ਨੂੰ ਸਰਪੰਚ ਨੂੰ ਪਿੰਡ ਜਾ ਕੇ ਕਹਿ ਦੇਣਾ ਉਹਦੀ ਨਾ ਬਣਾ ਲਈ ਰਹਿੰਦੇ ਜਿਹੜਾ ਉਹ ਨਾ ਜਿਹੜਾ ਮੁੱਲਾ ਜਾ ਉਹ ਉਹਨੇ ਠਵਾਉਣੀ ਸੀ ਮੰਜੀ ਇਹਨਾਂ ਦੀ ਉਹ ਜਿਹੜਾ ਮੁੱਲਾ ਜਾ ਨੀ ਆਹ ਜਿਹੜਾ ਇੱਕ ਉਹ ਮੁੱਲਾ ਜਾ ਪਤਾ ਨੀ ਕਿੱਥੇ ਆ ਜਿੱਦਾਂ ਸਾਡੇ ਆ ਨਾ ਇੱਕ ਦੂਜੇ ਦੇ ਸਰੀਕੇ ਦੇ ਵਿੱਚ ਹੁੰਦਾ ਵੀ ਮਤਲਬ ਉਹਦੇ ਘਰ ਆ ਜਾਂਦਾ ਅਸੀਂ ਤਮਾਸ਼ਾ ਦੇਖੀਏ ਬਸ ਉਹ ਗੱਲ ਹੀ ਉਹ ਚੱਲਣ ਡਿਆ ਸਿਸਟਮ ਹਾਂ ਉਹ ਗੱਲ ਹੀ ਉਹਦੀ ਪਹਿਲਾਂ ਇਹਦੀ ਸੁਣ ਲਓ ਫਿਰ ਉਹਦੀ ਗੱਲ ਕਰੋ ਬੈਠੋ ਬੈਠੋ ਜਿਹੜਾ ਕੰਮ ਬਹਿ ਕੇ ਨਿਬੜਦਾ ਨਾ ਉਹ ਸਾਰਾ ਨਾਲ ਵਧੀਆ ਬਹਿ ਕੇ ਨਿਬੜਨ ਕਰਕੇ ਤੇ ਮੈਂ ਪਰਿਵਾਰ ਸਾਰਾ ਇੱਥੇ ਲੈ ਕੇ ਆਇਆ ਨਾਲ ਪੁਲਿਸ ਡਿਪਾਰਟਮੈਂਟ ਨਾਲ ਲੈ ਕੇ ਆਉਂਦਾ ਨਾਲ ਬੈਠੋ ਤੁਸੀਂ ਉਹ ਪਾਣੀ ਪਿਆ ਦੇ ਭਰਾਵਾ ਜਿੱਥੇ ਕੋਲ ਆ ਗਏ ਆ ਸਰਪੰਚ ਸਾਹਿਬ ਤੁਸੀਂ ਕੋਈ ਗਿਆਨ ਵਾਲੀ ਗੱਲ ਉਹ ਪਰਿਵਾਰ ਉੱਥੇ ਖਲੋਤਾ ਮੇਰੇ ਵੱਲੋਂ ਜੋ ਮਰਜ਼ੀ ਕਰੀ ਜਾਣਾ ਸਰਪੰਚ ਨਹੀਂ ਕਿਸੇ ਗੱਲ ਕਰਨ ਡਿਆ ਬੱਚਿਆਂ ਤੋਂ ਧਿਆਨ ਨਾ ਬੱਚੇ ਇਹਨਾਂ ਵਿੱਚ ਆਉਣੇ ਭੈਣਾਂ ਨਹਾਉਣ ਵਿੱਚ ਲੰਬ ਸੰਭ ਕਰੋ ਗੱਲ ਲੰਬ ਸੰਭ ਤਾਂ ਫਿਰ ਲੰਬ ਸੰਭ ਤੁਸੀਂ ਕੀਤੀ ਫਿਰ ਸਭ ਹੀ ਆ ਰਹੇ ਨੇ
ਅਸੀਂ ਅਸੀਂ ਤੇਰੀ ਗੱਲ ਸਰਪੰਚ ਤੇਰੀ ਗੱਲ ਮੰਨ ਕੇ ਅਸੀਂ ਆਏ ਹੋਏ ਖੁਸ਼ੀ ਨਾ ਦੇਣਾ ਇਹ ਨਰੇਗਾ ਦੇ ਵਿੱਚ ਜਿਹੜੇ ਬੰਦੇ ਆ ਆਪਾਂ ਮੁੰਡਾ ਆਪਣਾ ਇਹਦੇ ਨਾਲ ਬਾਹਲੇ ਬੰਦੇ ਨਿਕੰਮੇ ਹੁੰਦੇ ਜਿਹੜੇ ਨਹੀਂ ਕੰਮ ਕਰ ਸਕਦੇ ਨਹੀਂ ਨਾ ਕਰਦੇ ਨਹੀਂ ਉਹ ਗੱਲ ਹੀ ਕਰਦਾ ਨਾ ਉਹ ਕੰਮ ਨਹੀਂ ਕਰ ਸਕਦੇ ਤੇ ਜੇ ਆਪਾਂ ਨਰੇਗਾ ਦੀ ਦਿਹਾੜੀ ਦਾ ਹੱਕ ਬੰਦਾ ਦੇ ਦਿੰਦੇ ਗੱਲਾਂ ਦਾ ਲੱਸੀ ਦਾ ਕੀ ਪਤਾ ਜਿੰਨਾ ਮਰਜ਼ੀ ਕਰੀ ਆ ਝੂਠ ਜਿੰਨਾ ਮਰਜ਼ੀ ਮਾਰੀ ਆ ਸਾਡੀ ਜਿੰਨਾ ਮਰਜ਼ੀ ਮਾਰੀ ਆ 1,20,000 ਦਵਾਨੇ ਆ ਚਲੋ ਛੱਡੋ ਬਿਲਕੁਲ ਬਿਲਕੁਲ ਨਹੀਂ ਛੱਡ ਕੇ ਸਾਲ ਦੀ ਵੀ ਨਾ ਲਿਖੀ ਹੁਣ ਕੋਈ ਕੋਈ ਫਰਕ ਨੀ ਪੈਂਦਾ ਖਾਦੇ ਦਾ ਕੀ ਖਾਣਾ ਯਾਰ ਫਰਕ ਨੀ ਪੈਂਦਾ ਤੁਸੀਂ ਸਿਆਣੇ ਜੀ ਮੇਰੇ ਪਿਓ ਸਮਾਨ ਜੀ ਮੈਂ ਤੁਹਾਨੂੰ ਉੱਚਾ ਕਹਿੰਦਾ ਚੰਗਾ ਲੱਗਦਾ ਤੁਸੀਂ ਕਹਿੰਦਾ ਨਾ ਕੋਈ ਫਰਕ ਨੀ ਪੈਂਦਾ ਆਪਣਾ ਬੱਚਾ 3 ਮਹੀਨੇ ਲਈ ਦੇ ਦੋਗੇ ਸਾਨੂੰ ਜਾਂ 6 ਮਹੀਨੇ ਲਈ ਦੇ ਦੋਗੇ ਹੋ ਗਿਆ ਪਰ ਏਦਾਂ ਨੀ ਨਾ ਚੰਗਾ ਲੱਗਦਾ ਫਰਕ ਹਾਂ ਕੋਈ ਪੈਸੇ ਆਉਣ ਜਾਣ ਲਈ ਯਾਰ ਕੰਮ ਨੀ ਕਰਾਇਆ
ਸੌਦੇਬਾਜ਼ੀ ਨਾ ਕਰੋ ਚਲੋ ਠੀਕ ਹੈ ਫਿਰ ਹੋਰ ਲੈ ਲਾ 10,000 ਤਾਂ ਵੀ ਹੋਣਾ ਯਾਰ ਬਾਬਾ ਉਸ ਮੁੰਡੇ ਦਾ ਪਿਓ ਮਰ ਗਿਆ ਲੱਭਦੇ ਲੱਭਦੇ ਠੀਕ ਹੈ ਸਾਈਕਲ ਤੇ ਅੱਧਾ ਪੰਜਾਬ ਗਾਹ ਛੜਿਆ ਤੇ ਮੁੱਲ ਮੋੜਨਗੇ ਮੁੱਲ ਕੋਈ ਨਹੀਂ ਮੋੜ ਸਕਦਾ ਮੁੱਲ ਕੋਈ ਨਹੀਂ ਮੋੜ ਸਕਦਾ ਫਿਰ ਮੁੱਲ ਨਹੀਂ ਮੋੜ ਸਕਦਾ ਤੇ ਤੁਸੀਂ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਹਿੰਦੇ ਆ ਫਰਕ ਨਹੀਂ ਪੈਂਦਾ ਇਹ ਕੋਈ ਮਾਝ ਗਾਂ ਥੋੜੀ ਹੈ ਕੋਈ ਚਲੋ ਜਿੱਦਾਂ ਤੁਸੀਂ ਕਰਨਾ ਚੰਗਾ ਲੱਗਦਾ ਉਹ ਕਰ ਲਓ ਅਸੀਂ ਤਾਂ ਕਹਿੰਦੇ ਚਲੋ ਨਾ ਤਰੀਕਾ ਤੇ ਭੁਗਤਣਾ ਅਸੀਂ ਜਿੱਦਾਂ ਦਾ ਚੰਗਾ ਲੱਗਦਾ ਤੁਸੀਂ ਕਰ ਲਓ ਕੋਈ ਅਸੀਂ ਤਾਂ ਜਾ ਕੇ ਉੱਥੇ ਦੇ ਆਉਣੀ ਆ ਫਿਰ ਖਾਣ ਚਲੋ ਜੀ ਉਹ ਗਾਂ ਤੇ ਨਾ ਤੁਹਾਡੇ ਨਕਰਾਂ ਦੇ ਵਿੱਚ ਇਹ ਜਿਹੇ ਕੰਮ ਹੁੰਦੇ ਆ ਆਪਾਂ ਵੀ ਜਵਾਕਾਂ ਚੱਲੇ ਆਉਣੇ ਆ ਜਿਹੜਾ ਬੰਦਾ ਕਰਦਾ ਉਹਨੂੰ ਰੋਕੋ ਹੁਣ ਰੋਕੋ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਗੱਲ ਸਹੀ ਆ ਅੱਜ ਆਪਾਂ ਬੈਠੇ ਆ ਪਰੇ ਚ ਸਿਆਣਾ ਬੰਦਾ ਤੂੰ ਸਾਡਾ ਭਰਾ ਗਲਤ ਕਰਨੀ ਠੀਕ ਹੈ ਅੱਜ ਉਸ ਇਨਸਾਨ ਨਾਲ ਹੋਈ ਗਰੀਬ ਪਰਿਵਾਰ ਨਾਲ ਜੇ ਆਪਣੇ ਨਾਲ ਹੋਈ ਹੋਵੇ ਫਿਰ ਆਪਣਾ ਮਨ ਕੀ ਜਾਂਦਾ ਵੀ ਆਪਾਂ ਇਹਨੂੰ ਕੀ ਸਜ਼ਾ ਦੇਈਏ ਜਿੱਥੋਂ ਸਾਡਾ ਮੁੰਡਾ ਲੱਭੇ ਇਹਨੇ ਗੁੱਸਾ ਚੜਦਾ ਬੜਾ ਨਹੀਂ ਮਾਰਨਗੇ ਉਹ ਵੀ ਤੁਸੀਂ ਸਭ ਸੌਦਾ ਕਰਨ ਗਏ ਸੀਗੇ ਜਿਹੜੀ ਆਪਾਂ ਗੱਲ ਕੀਤੀ ਆ ਮੇਰੀ ਸੁਣੋ ਗੱਲ ਚੋਰੀ ਦਾ ਸਮਾਨ ਜੋ ਖਰੀਦ ਮੋਟਰ ਜਾਂ ਸਾਈਕਲ ਜਾਂ ਮੋਟਰ ਚੋਰ ਨੂੰ ਕੁੱਟਦੇ ਉਹਨੂੰ ਬਾਹਲਾ ਕੁੱਟਦੇ ਜਿਹਦੇ ਸਮਾਨ ਖਰੀਦਿਆ ਪਤਾ ਨਾ ਹੁਣ ਆਪਾਂ ਡਿੱਕਣੇ ਕੁਛ ਹਾਂ ਦੱਸੋ ਵੀ ਬਾਹਰ ਗਿਆ ਬਾਹਰ ਤੇ ਸਰਪੰਚ ਸਾਹਿਬ ਹੁਣ ਆਪਾਂ ਕੀ ਡਿੱਗਣਾ ਇੱਕ ਮਿੰਟ ਉਹ ਨਿਪਟ ਗਿਆ ਗੱਲ ਮੁੰਡੇ ਤੇ ਅੱਛਾ ਅੱਛਾ ਠੀਕ ਆ ਉਹ ਜਿਹਦੇ ਕੋਲੇ ਆਪਾਂ ਆਏ ਸੀਗੇ ਕੀ ਨਾਮ ਦਾ ਲੱਭੀ ਹੋਰ ਇੱਕ ਮਿੰਟ ਹੋਰ ਗੱਲ ਸੁਣ ਲਓ ਤੁਸੀਂ ਕਹਿੰਦੇ ਜੀ ਅਸੀਂ ਕੋਈ ਰੌਲਾ ਨਹੀਂ ਸੀ ਪਾਉਣਾ ਕੋਈ ਕੁਝ ਨਹੀਂ ਸੀ ਕਰਨਾ ਜਦੋਂ ਪਤਾ ਲੱਗਾ ਨਾ ਵੀ ਸਾਨੂੰ ਵੀ ਇਹਨਾਂ ਦੇ ਕੋਲ ਬੰਦਾ ਵਾ ਅਸੀਂ ਇੱਕ ਵੀਰ ਭੇਜਿਆ ਮੈਨੂੰ ਇੱਥੇ ਵੀਰ ਜਾਣਦਾ ਸੀਗਾ ਠੀਕ ਹੈ ਜੀ ਲੱਭੀ ਵੀਰ ਨੂੰ ਭੇਜਿਆ ਮੈਂ ਕਿਹਾ ਵੀਰ ਅਸੀਂ ਦੂਰੋਂ ਜ਼ਿਆਦਾ ਆਉਣਾ ਵਾ
ਜੇਕਰ ਸਾਨੂੰ ਇੱਦਾਂ ਹੀ ਵੀਰ ਮਿਲ ਜੇ ਤਾਂ ਸਾਨੂੰ ਹੈ ਨਾ ਵੀ ਨਾ ਰੌਲਾ ਪਾਉਣਾ ਪਵੇ, ਸਾਡੇ ਕੋਈ ਦੁਸ਼ਮਣ ਨਹੀਂ ਹੈਗੇ। ਮੈਂ ਪਹਿਲਾਂ ਸੁਨੇਹਾ ਭੇਜਿਆ ਵੀ ਉਹਨੂੰ ਵੀਰ ਨੂੰ ਕਿਹਾ ਸਾਨੂੰ ਇੱਦਾਂ ਹੀ ਦੇ ਦੇ, ਉਹ ਕਹਿੰਦਾ ਨਹੀਂ ਮੈਂ ਬੰਦਾ ਨਹੀਂ ਦੇਣਾ, ਉਹਨੇ ਬੰਦਾ ਨਹੀਂ ਦਿੱਤਾ ਉਹਨੇ। ਫਿਰ ਮਜਬੂਰਨ ਸਾਨੂੰ ਅਗਲੇ ਦਿਨ ਉੱਥੋਂ 2 ਵਜੇ ਤੜਕੇ ਤੁਰਨਾ ਪਿਆ। ਜਿਹੜਾ ਇਹ ਕਹਿੰਦੇ ਆ ਨਾ ਕਿ ਫੈਸਲਾ ਤੂੰ ਜਾ ਕੇ ਤਾਂ ਫੈਸਲਾ ਨਿਪਟਾਤਾ ਵਾ 50,000 ਦੇ ਹਿਸਾਬ ਨਾਲ ਨਿਪਟਾਤਾ, ਠੀਕ ਹੈ ਜੀ। ਗੱਲ ਇੱਦਾਂ ਹੋਈ ਸੀਗੀ ਕਿ ਇਹ 1 ਸਾਲ 'ਤੇ ਮੰਨ ਗਏ ਸੀਗੇ ਵੀ ਇਹ ਕਹਿੰਦੇ ਵੀ ਸਾਨੂੰ 1 ਸਾਲ ਹੋ ਗਿਆ ਰੱਖੇ ਨੂੰ। ਵੈਸੇ ਪਿੰਡੋਂ ਮੁੰਡਿਆਂ ਨੇ ਮੈਨੂੰ ਦੱਸਿਆ ਸੀ ਵੀ 2-3 ਸਾਲ ਹੋ ਗਿਆ, ਪਰ ਉਹ ਸਾਹਮਣੇ ਨਹੀਂ ਸੀ ਆਉਣਾ ਚਾਹੁੰਦੇ ਅਤੇ ਮੈਂ ਵੀ ਨਹੀਂ ਸੀ ਚਾਹੁੰਦਾ ਕਿ ਉਹ ਨਸ਼ਰ ਹੋਣ, ਹੈ ਨਾ ਜੀ। ਚਲੋ ਮੈਂ ਕਿਹਾ ਭੈਣੇ ਤੁਸੀਂ 1 ਸਾਲ ਦੀ ਹੀ ਇਹਦੀ ਮਿਹਨਤ ਦਵਾ ਦਿਉ। ਮੈਂ ਮਿਹਨਤ ਮੈਂ ਘਰੇ ਨਹੀਂ ਖੜੀ, ਸਰਪੰਚ ਨੂੰ ਉੱਥੇ ਦਵਾਈ ਆ। ਕਈ ਲੋਕ ਕਮੈਂਟਾਂ ਦੇ ਵਿੱਚ ਕਹਿਣ ਡਿਆ ਲੈ ਪੈਸੇ ਲੈ ਕੇ ਚਲੇ ਗਏ, ਹੈ ਨਾ ਜੀ। ਮੈਂ ਪੈਸੇ ਲੈ ਕੇ ਜੇ ਗਿਆ ਹੁੰਦਾ ਤਾਂ ਸਰਪੰਚ ਸਾਹਿਬ ਤੁਹਾਡਾ ਇੱਥੇ ਗਵਾਹ ਵਾ। ਮੈਨੂੰ ਇਹ ਵੀਰ ਜਿਨ੍ਹਾਂ ਨੇ ਦੱਸ ਪਾਈ ਸੀਗੀ ਇਹ ਵੀਰ ਸਰਪੰਚ ਸਾਹਿਬ ਮੈਨੂੰ ਕਹਿੰਦੇ ਕਿ ਨਹੀਂ ਵੀਰ ਤੇਰੇ ਅੱਗੇ ਹੱਥ ਜੋੜਦੇ ਆ, ਠੀਕ ਹੈ ਜੀ, ਆਪਾਂ 50,000  'ਚ ਗੱਲ ਮੁਕਾ ਦਈਏ ਵੀ ਇਹਨਾਂ ਨੇ ਇੰਨਾ ਚਿਰ ਨਹੀਂ ਰੱਖਿਆ, ਮੰਨ ਕੇ ਚਲੋ ਵੀ ਇਹਨਾਂ 3-4 ਮਹੀਨੇ ਰੱਖਿਆ ਵਾ। ਮੈਨੂੰ ਇਹ ਵੀਰਾਂ ਨੇ ਹੁਣ ਮੈਨੂੰ ਸੇਵਾ ਦੱਸੀ ਸੀ, ਚਲੋ ਇਹਨਾਂ ਬਦੌਲਤ ਮੈਨੂੰ ਪਤਾ ਲੱਗਾ। ਜੇ ਨਾ ਦੱਸਦੇ ਕਿੱਥੋਂ ਪਤਾ ਲੱਗਣਾ ਸੀ? ਅਤੇ ਮੈਂ ਕਿਹਾ ਇਹਨਾਂ ਵੀਰਾਂ ਦੀ ਵੀ ਮੰਨਣੀ ਪੈਣੀ ਆ, ਠੀਕ ਹੈ ਜੀ, ਮੰਨਣੀ ਪੈਂਦੀ ਆ। ਮੈਂ ਕਿਹਾ ਵੀਰ ਚਲੋ, ਮੈਂ ਉੱਦਾਂ 1 ਲੱਖ 'ਤੇ ਸੀ ਅੜਿਆ ਸੀਗਾ। ਜਦੋਂ ਇਹਨਾਂ ਗੱਲ ਮੁਕਾ ਦਿੱਤੀ ਵੀ ਨਹੀਂ ਯਾਰ ਤੈਨੂੰ ਅਸੀਂ ਦੱਸਿਆ ਸੀਗਾ ਸਾਡੀ ਤਾਂ ਇਲਾਜ ਰੱਖ ਲਾ, ਮੈਂ ਅੱਗੇ ਬੋਲਿਆ ਨਹੀਂ ਆ। ਮੈਂ 50,000 'ਤੇ ਗੱਲ ਮੁਕਾ ਦਿੱਤੀ, ਠੀਕ ਹੈ ਜੀ। ਪਰ ਹੁਣ ਮੁੱਕਦੀ ਗੱਲ ਇਹ ਆ, ਜਦੋਂ ਮੈਂ ਵੀਡੀਓ ਪਾਈ ਪਰਿਵਾਰ ਲੱਭਾ, ਪਰਿਵਾਰ ਦੇ ਕੋਲ ਮੈਂ ਘਰੇ ਜਾ ਕੇ ਪਿੰਡ ਦੇ ਵਿੱਚ ਪੂਰੀ ਵੀਡੀਓ ਲਈ। ਮੈਂ ਵੀ ਬਿਨਾਂ ਗੱਲੋਂ ਨਹੀਂ ਵੀ ਪਰਿਵਾਰ ਮੰਨ ਲਿਆ ਵੀ ਇਹ ਪਰਿਵਾਰ ਇਹਦਾ ਵਾ, ਸਾਰੇ ਪਿੰਡ ਦੀ ਜਾ ਕੇ ਵੀਡੀਓ ਲਈ ਆ, ਉਹ ਪਰੂਫ ਲਿਆ ਵਾ, ਨੈੱਟ 'ਤੇ ਵੀ ਪਾਇਆ ਵਾ। ਮੈਂ ਅੰਦਰ ਖਾਤੇ ਵੀ ਗੱਲ ਕਰ ਸਕਦਾ ਵੀ ਹੁਣ ਆਓ ਚੱਲੀਏ ਅਤੇ ਆਪਾਂ, ਹੁੰਦਾ ਜੀ, ਅੰਦਰ ਖਾਤੇ ਕਰ ਸਕਦਾ ਵੀ ਅੱਧੇ ਤੁਸੀਂ ਲੈ ਲਿਓ, ਅੱਧੋ ਮੈਨੂੰ ਦੇ ਦਿਓ। ਅੱਜ ਜਿਹੜੀਆਂ ਸੌਦੇਬਾਜ਼ੀਆਂ ਹੁੰਦੀਆਂ ਨਾ, ਉਹ ਮੋਬਾਈਲਾਂ 'ਤੇ ਸੌਦੇਬਾਜ਼ੀਆਂ ਨਹੀਂ ਹੁੰਦੀਆਂ, ਠੀਕ। ਸੌਦੇਬਾਜ਼ੀਆਂ ਜਿਹੜੀਆਂ ਹੁੰਦੀਆਂ ਗੁਪਤ ਹੁੰਦੀਆਂ ਵਾ। ਜਿਹੜੀ ਚੋਰੀ ਕਿਸੇ ਨੇ ਕਰਨੀ ਹੋਵੇ ਨਾ, ਵੀਡੀਓ ਬਣਾ ਕੇ ਚੋਰੀ ਨਹੀਂ ਕਰਦਾ, ਉਹਨੇ ਚੋਰੀ ਕਰਨੀ ਹੁੰਦੀ ਹਨੇਰੇ ਦੇ ਵਿੱਚ। ਹਾਂ, ਅਤੇ ਸੋ ਇਸ ਕਰਕੇ ਮੈਨੂੰ ਮੈਂ ਚਲੋ ਕਈ ਅਗਲੇ ਦਿਨ ਮੈਂ ਪਿਘਲ ਜਾਂਦਾ ਯਾਰ, ਚੱਲ ਮੈਨੂੰ ਪੈਸੇ ਨਾਲ, ਚਲੋ ਵਾਹਿਗੁਰੂ ਨੇ ਮੈਨੂੰ ਦੂਹਰਾ ਜਨਮ ਦਿੱਤਾ, ਮੈਨੂੰ ਕੋਹੜ ਹੋਇਆ ਸੀਗਾ, ਠੀਕ ਹੈ ਜੀ, ਰੱਬ ਨੇ ਦੂਹਰਾ ਜਨਮ ਦਿੱਤਾ ਮੈਨੂੰ। ਅਤੇ ਜੇਕਰ ਹੁਣ ਇਹਦਾ ਅੱਜ ਮਾਂ ਦੀਆਂ ਸੀਸਾਂ, ਮਾਂ ਵੇਖੋ ਕੱਲ੍ਹ ਕਿੱਦਾਂ ਉਹਨੂੰ ਵਿਚਾਰੇ ਨੂੰ ਮਿਲੀ ਸੀਗੀ, ਹੈ ਨਾ, ਇਹਨਾਂ ਮਾਵਾਂ ਦੀਆਂ ਸੀਸਾਂ ਦੇ ਸਹਾਰੇ ਆਪਾਂ ਤੁਰੇ ਫਿਰਦੇ ਹਾਂ। ਅਤੇ ਅੱਜ ਵਿਚਾਰੇ ਨੂੰ ਜੇ ਹੁਣ ਉਹਦਾ ਵਿਚਾਰੇ ਦਾ ਪਿਓ ਤੁਰ ਗਿਆ ਵਾ, ਠੀਕ ਹੈ, ਦਿਹਾੜੀਦਾਰ ਵਿਚਾਰੇ ਬੰਦੇ ਆ, ਭਲਾ ਵੀ ਚਲੋ ਇਹਨਾਂ ਦੇ ਪਿੰਡ ਦੇ ਨਗਰ ਦਾ ਪੰਚਾਇਤ ਦਾ ਜਿਹੜੇ ਆਪ ਇਹਨਾਂ ਨੂੰ ਲੈ ਕੇ ਤੁਰੇ, ਇਹਨਾਂ ਤੋਂ ਵਿਚਾਰੇ ਕੋਲ ਕਿਰਾਇਆ ਵੀ ਨਹੀਂ ਸੀ ਹੁਣ ਇੱਥੋਂ ਆਉਣ ਤੱਕ ਦਾ। ਹੁਣ ਉਹਨੂੰ ਵਿਚਾਰੇ ਨੂੰ ਸਾਂਭੂਗਾ ਕੌਣ? ਕਲਜੂਗਾ? ਅੱਜ ਕੱਲ੍ਹ ਆਪਣਾ ਕੋਈ ਕਿਸੇ ਦਾ ਨਹੀਂ ਹੁੰਦਾ, ਤੁਹਾਨੂੰ ਪਤਾ ਵਾ, ਠੀਕ ਹੈ ਜੀ। ਚਾਹੇ ਮੈਂ ਲੱਖ ਆਪਣਾ ਭੈਣ ਭਰਾ ਮੇਰਾ ਵਾ, ਉਹ ਵਿਚਾਰਾ, ਕਿਉਂਕਿ ਇਹ ਭਰਾ ਤਾਂ ਉਹਨੂੰ ਸਾਂਭ ਲੈਣਗੇ, ਕੱਲ੍ਹ ਨੂੰ ਭਰਾ ਰੱਬ ਨਾ ਕਰੇ ਇੱਧਰ ਉੱਧਰ ਹੋ ਗਏ, ਹੈ ਨਾ ਜੀ, ਜਾਂ ਕੋਈ, ਮੇਰਾ ਨਹੀਂ ਪਤਾ, ਮੈਂ ਪਹਿਲਾਂ ਤੁਰ ਜਾਣਾ ਚਾਹੁੰਦਾ, ਰੱਬ ਨਾ ਕਰੇ ਕੱਲ੍ਹ ਨੂੰ ਉਹ ਬਜ਼ੁਰਗ ਹੁੰਦਾ ਵਾ, ਉਹਦੇ ਅਕਾਊਂਟ 'ਚ ਥੋੜ੍ਹਾ ਬੜਾ ਪੈਸਾ ਹੋਊਗਾ, ਤਾਂ ਉਹਨੂੰ ਕੱਲ੍ਹ ਨੂੰ ਸਾਂਭਣ ਵਾਲਾ ਕੋਈ ਬਣੂਗਾ? ਤੁਰਿਆ ਤਾਂ ਵਿਚਾਰੇ ਤੋਂ ਹੁਣ ਨਹੀਂ ਜਾਂਦਾ, ਹੋਰ 10 ਸਾਲਾਂ ਬਾਅਦ, 20 ਸਾਲਾਂ ਬਾਅਦ, ਕਿਸੇ ਲਾਲਚ ਨੂੰ ਕੋਈ ਸਾਂਭਣ ਵਾਲਾ ਤਾਂ ਬਣੂ ਉਹਨੂੰ? ਉਮਰ ਵੀਰ ਜੀ ਉਹ 35-36 ਸਾਲ ਤੇ ਮੇਰੀ ਹੋ ਗਈ ਆ, ਤੇ ਮੈਂ ਹੁਣ ਨਹੀਂ ਮਹਿਸੂਸ ਹੁੰਦਾ ਉਮਰ ਦਾ। ਮੈਂ ਵੀ ਭੁਲੇਖਾ ਖਾ ਗਿਆ ਸੀਗਾ। ਤੇ 35 ਸਾਲ ਤੁੱਤੇ ਆ ਉਹ ਮੁੰਡਾ, ਸਾਰਾ ਪਿੰਡ ਤੋਂ ਪ੍ਰੂਫ ਲੈ ਲਓ ਜਾ ਕੇ, ਭਾਈ ਜੋ ਮਰਜ਼ੀ ਪ੍ਰੂਫ ਲੈ ਲਓ ਜਾ। ਮੈਂ ਪਿੰਡ ਦਾ ਨਾਂ ਦੱਸਣ ਡਿਆ ਵਾਂ, ਪਿੰਡ ਘਲ ਖੁਰਦ, ਜ਼ਿਲ੍ਹਾ ਮੋਗਾ, ਉਹ ਜ਼ਿਲ੍ਹਾ ਫਿਰੋਜ਼ਪੁਰ, ਠੀਕ ਹੈ ਜੀ। ਆਹ ਵੀਡੀਓ ਤੋਂ ਵੱਡਾ ਕੀ ਪ੍ਰੂਫ ਆ? ਸਾਰੇ ਪਿੰਡ ਨੇ ਪਛਾਣ ਲਿਆ।
ਅਗਵਾ ਸਰਪੰਚ ਦਾ ਘਰ ਪੁੱਛ ਕੇ ਜਿੱਥੋਂ ਮਰਜ਼ੀ ਬੜਾ ਤਲਵੰਡ ਨੂੰ ਜੀਰੋ ਜਦੋਂ ਪਹਿਲਾਂ ਲੰਘੇ ਹਰੀ ਕੇ ਜਿੱਥੋਂ ਮਰਜ਼ੀ ਪੁੱਛ ਲਿਆ ਤੁਹਾਨੂੰ ਉਦੋਂ ਦੱਸ ਦੇ ਆਪਣਾ ਸਰਪੰਚ ਸਾਹਿਬ ਜੀ ਉਹ 1 ਲੱਖ ਤੋਂ ਨਹੀਂ ਵੱਧਦੇ ਆਪਾਂ ਕੋਈ ਸੌਦਾ ਹੁਣ ਤਾਂ ਅੱਗੇ ਤੁਹਾਡੀ ਮਰਜ਼ੀ ਆ ਠੀਕ ਹੈ 1 ਲੱਖ ਦਾ ਸੀਗਾ ਹਾਂ 2 ਲੱਖ ਦੇ ਆ ਗਏ ਚਲ ਠੀਕ ਹੈ ਤੁਸੀਂ 1 ਲੱਖ ਰੁਪਏ ਦੇ ਨਹੀਂ ਪਹਿਲੋਂ ਤਾਂ ਆਪਾਂ ਨੂੰ ਆਂਦੇ ਸੀਗੇ ਵੀ 1 ਲੱਖ 20 ਹਜ਼ਾਰ ਮੈਂ ਕਿਹਾ ਵੀ ਚੱਲ ਜੇ ਉੱਥੇ ਨਿਬੜ ਜੇ ਤਾਂ ਬਾਈ ਨੇ ਕਹਿ ਤਾ ਆਪਾਂ ਨਿਬੇੜ ਲੈਨੇ ਆ ਗੱਲ ਤੇ ਡੇਢ ਦੀ 10 ਹਜ਼ਾਰ ਦੀ ਉਹ ਤੇ ਸਮਝਦੇ ਆ ਵੀ ਜਿਵੇਂ ਆਪਾਂ ਸੌਦਾ ਕਰਨ ਆਏ ਕੋਈ ਮੱਝ ਦਾ ਗਾਂ ਦਾ ਤੁਹਾਡੀ 1-20 ਵਾਲੀ ਵੀ ਨਹੀਂ ਮੰਨਦੇ ਹੋ ਇੱਕ 30 ਵੀ ਨਹੀਂ ਮੰਨਦੇ ਇੱਕ 40 ਵੀ ਨਹੀਂ ਮੰਨਦੇ ਹੋ ਇਹ ਮੈਨੂੰ ਮੰਨੀ ਹੋ ਨਾ ਮੇਰੀ ਮੰਨੀ ਜੀ ਅਸੀਂ ਕੀ ਕਰ ਸਕਦੇ ਚਲ ਕੋਈ ਗੱਲ ਨਹੀਂ ਆ ਸਾਡੇ ਕੋਈ ਗੱਲ ਨਹੀਂ ਚਲੋ ਹਾਂ ਹੁਣ 13 ਸਾਲਾਂ ਦੀ ਮਿਹਨਤੀ ਜੀ ਲੈਣੀ ਜੇ ਹੁਣ ਕੋਈ ਆਹ ਇਹਨਾਂ ਗਰੀਬਾਂ ਦੀ ਮਿਹਨਤ ਹੋਈ ਮੇਰੀਆਂ ਵੀ ਧੀਆਂ ਗੀਆਂ ਉਹ ਪਤਾ ਕੀ ਮੈਂ ਵਿੱਚ ਕਿਹਾ ਨੀ ਸਾਡਾ ਗੱਲ ਮੇਰੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਡੇ 2 ਬਜ਼ੁਰਗਾਂ ਦੇ ਬਾਬਾ ਜੀ ਸਾਨੂੰ ਛੱਡਣ ਨਹੀਂ ਦੇ ਅਸੀਂ ਪੈਰੀ ਹੱਥ ਲਾਣ ਦੇ ਤੁਹਾਡੇ ਦੋ ਸਿਆਣੇ ਨਹੀਂ ਮੰਨਣ ਦੇ ਬਾਈ ਅਸੀਂ ਨਹੀਂ ਗੱਲ ਕਰਦੇ ਸਿਆਣੇ ਬਹੁਤ ਮਕਾਨੀ ਚਾਹੀਦੀ ਗੱਲ ਮੈਂ ਪਤਾ ਨਹੀਂ ਕੀ ਸਾਰਿਆਂ ਨੂੰ ਫੈਸਲਾ ਕਰਕੇ ਤਾਂ ਹੀ ਮੈਂ ਕਹਿੰਦੀ ਮੁੰਡੇ ਨੂੰ ਸਿੱਧੀ ਜਾਉਂਦੇ ਤੇ ਤਾਂ ਹੀ ਮੈਂ ਕੋਈ ਨਹੀਂ ਮੈਂ ਕਹਿੰਦੀ ਅਸੀਂ ਵੀ ਜਾਂ 13 ਦਾ ਹੀ ਲੈ ਲਾਂਗੇ ਤੇ ਜਾਵਰ ਲਾ ਕੇ ਵੀ ਜਾਓ ਨਹੀਂ ਨਹੀਂ ਸਰਪੰਚ ਸਾਹਿਬ ਤੜਕੇ ਤੁਸੀਂ ਨਰੇਗਾ ਦੀ ਦਿਹਾੜੀ ਤੇ ਵੀ ਕੋਈ ਆਹੋ 4 ਸਾਲ ਕੋਈ ਤੜਕ ਨਰੇਗਾ ਦੇ ਵਿੱਚ ਵੀ 9 ਵਜੇ ਜਾਂਦੇ ਤੇ 6 ਵਜੇ ਆ ਜਾਂਦੇ ਆ ਅਸੀਂ ਕਰਨਾ ਤੁਸੀਂ ਕਹਿਣਾ ਸੀ ਮੇਰੀ ਅਥਾਰਟੀ ਤੇ ਤੁਸੀਂ ਕਹਿ ਦੋ ਮੋੜਾ ਲਾ ਇਹਨਾਂ ਨੂੰ ਨਹੀਂ ਪਤਾ ਕੌਣ ਦਾ ਆ ਪੁੱਛ ਕੇ ਫੈਸਲਾ ਕਰਦੇ ਫਿਰ ਉਹਲੇ ਭਾਜੀ ਪੁੱਛ ਕੇ ਫੈਸਲਾ ਮੈਨੂੰ ਪਰਿਵਾਰ ਮਿਲਿਆ ਹੁੰਦਾ ਠੀਕ ਹੈ ਜੀ ਤੁਸੀਂ ਉਹੀ ਗੱਲ ਕਹੀ ਪਰਿਵਾਰ ਮੈਨੂੰ ਮਿਲਿਆ ਹੁੰਦਾ ਤੁਸੀਂ ਐਸਾ ਗੱਲ ਕਰੋ ਕਿੰਨੇ ਪੈਸੇ ਦਿੰਦੇ ਹੋ ਭਾਜੀ ਮੇਰੀ ਗੱਲ ਸੁਣੋ ਮੈਂ ਕੀਤਾ ਸੀ ਤੁਹਾਡੇ ਕਹਿਣ ਦੇ ਉੱਤੇ 6 ਮਹੀਨੇ ਦੇ ਹਿਸਾਬ ਨਾਲ ਕਿਹੜਾ ਤਗੜਾ ਬੰਦਾ ਠੀਕ ਹੈ ਜੀ ਮੈਂ ਮੰਨਿਆ ਕਿਉਂ ਮੰਨਿਆ ਸੀ ਕਿ ਤੁਸੀਂ ਕਿਹਾ ਵੀ ਸਾਨੂੰ ਸਾਲ ਨਹੀਂ ਹੋਇਆ ਰੱਖੇ ਨੂੰ ਤੁਸੀਂ ਝੂਠ ਮਾਰਿਆ ਉੱਥੇ ਨਹੀਂ ਨਹੀਂ ਬਿਲਕੁਲ ਝੂਠ ਬੋਲਿਆ ਹੱਦ ਹੋ ਗਈ ਹੈ ਇੱਕ ਆਪ ਇਹ ਕਸੂਰਵਾਰ ਆ ਤੇ ਇੱਕ ਤਰਲੇਗਾ ਆਪਾਂ ਕੱਢਣਾ ਆ ਹਾਂ
ਹਾਂਜੀ ਫਿਰੋਜ਼ਪੁਰ ਸੱਦਣਗੇ ਹੁਣ ਸੱਦੋਗੇ ਆਹੋ ਤੇ ਫਿਰੋਜ਼ਪੁਰ ਆਉਣਗੇ ਨਾ ਆਉਣਗੇ ਤਾਂ ਵੀ ਭਾਵੇਂ ਸਾਨੂੰ ਉੱਥੇ ਧਰਨਾ ਨਾ ਲਾਉਣਾ ਪੈ ਜੇ ਹਾਂ ਚੰਗਾ ਵੀਰ ਆ ਮਾਤਾ ਆ ਮੇਰੀ ਮਾਂ ਹੋਰ ਠੀਕ ਆ ਜੀ ਹੋਰ ਠੀਕ ਆ ਵੀਰ ਸਰਪੰਚ ਯਾਰ ਚਵਲ ਹੈ ਵੋਟਾਂ ਦਾ ਚੱਕਰ ਉਹਦੇ ਕਰਕੇ ਕਹਿੰਦੇ ਸਿਰ ਤੋਂ ਜਿੱਤਦਾ ਆ ਸਹੀ ਉਹ ਤੇ ਗੱਲ ਆ ਹਾਂਜੀ ਉਹਨੇ ਤਾਂ ਕਹਿਣਾ ਹੀ ਹੈ ਮੁੰਡਾ ਉਹਦਾ ਮੇਰੇ ਨਾਲ ਔਖਾ ਹੋਣ ਲੱਪਿਆ ਬਾਹਰ ਕਿਹੜਾ ਔਖਾ ਹੁੰਦਾ ਸੀ ਓਏ ਮਾਈਕ ਮੇਰੇ ਲੱਗਾ ਵਾ ਕਰ ਕਰ ਧਿਆਨ ਰੱਖਿਆ ਕਰ ਹੁਣ ਇੰਨਾ ਕੱਟਣਾ ਪੈਣਾ ਰਖਾਇਆ ਬੰਦਾ ਉਥੋਂ ਆਇਆ ਨਾ ਰੁਕਾ ਜਾ ਆਪ ਆਉਣਗੇ ਉੱਥੇ ਫਿਰ ਉੱਥੇ ਉੱਥੇ ਰਿਪੋਰਟ ਹੋਏਗੀ ਫਿਰ ਉੱਥੇ ਜਾਣਗੇ ਅਸੀਂ ਇੱਥੇ ਰਿਪੋਰਟ ਨਹੀਂ ਦੇਣੀ ਬੰਦਾ ਤੇ ਉੱਥੋਂ ਗੁੰਮ ਹੋਇਆ ਨਾ ਉਹ ਨਾ ਸਾਡੀ ਮੰਨਣ ਦੇਵੇ ਨਾ ਸਾਡੀ ਮੰਨਣ ਦੇਵੇ ਅਸੀਂ ਤਾਂ ਬਹੁਤ ਥੱਲੇ ਆ ਗਏ ਸੀ ਮੁੰਡਿਆਂ ਦੇ ਕਹਿਣੇ 2 ਲੱਖ ਤੇ ਆ ਗਏ ਸੀਗੇ ਹਾਂ ਇਹ ਤਾਂ ਕਹਿੰਦੇ ਹੁਣ 1 ਲੱਖ ਬਣਾਉਂਦੇ 1 ਲੱਖ ਫੜਾ ਦਿਓ 1.5 ਤੇ ਵੀ ਮੰਨ ਗਏ ਯਾਰ ਡੇਢ ਤੇ ਵੀ ਮੰਨ ਗਏ 1.5 ਤੇ ਵੀ ਮੰਨ ਗਏ ਪਰਿਵਾਰ 13 ਸਾਲਾਂ ਤੋਂ 1.5 ਤੇ ਵੀ ਮੰਨ ਗਏ 1.5 ਤੇ ਵੀ ਨਹੀਂ ਮੰਨਦੇ ਤੇ ਯਾਰ ਹੁਣ ਇੱਕੋ ਵਾਰੀ ਹੱਥ ਜਿਹੜੇ ਵਿੱਚ ਹੁਣ ਉਹਨਾਂ ਦੇ ਨਾਲ ਆ ਨਾ ਗੱਲ ਕਰਾਉਂਦੇ ਆ ਕੱਲ ਉਹਨਾਂ ਨੇ ਉੱਥੇ ਫਿਰੋਜ਼ਪੁਰ ਨਹੀਂ ਆਉਣਾ ਨਾਲ ਮੇਰੀ ਗੱਲ ਸੁਣੋ ਭਾਜੀ ਵੀਡੀਓ ਲਾਈਵ ਚੱਲਦੀ ਆ ਲਾਈਵ ਆ ਭਾਵੇਂ ਮੈਂ ਅਗਰ ਉਸ ਮੁੰਡੇ ਦੇ ਵਿਰੋਧ ਦੇ ਵਿੱਚ ਖੜਾ ਨਾ ਮੇਰਾ ਵੀ ਨਾਮ ਵਿੱਚ ਲਿਖਾਓ ਜਿਹੜਾ ਜਿਹੜਾ ਬੰਦਾ ਉਹਦੇ ਵਿਰੋਧ 'ਚ ਖੜਾ ਨਾ ਉਹਦਾ ਨਾਮ ਲਿਖਾਓ ਉਹ ਆਪਣੇ ਆਪ ਦੇਖੀ ਜਦੋਂ ਉੱਥੇ ਪਹੁੰਚਣਗੇ ਨਾ ਫੈਸਲਾ ਨੇ ਆਪਣੇ ਆਪ ਰੋਲ ਕਰਨਗੇ ਭਾਵੇਂ ਉਹ ਜਿਹੜਾ ਮਰਜ਼ੀ ਹੋਏ ਭਾਵੇਂ ਮੈਂ ਵੀ ਕੋਈ ਹੋਏ ਇੰਨਾ ਨਹੀਂ ਪਤਾ ਵੀ ਉਹ ਭੈਣ ਜਦੋਂ ਬੇਜਵਾਨ ਮੁੰਡਾ ਉਹਦੀ ਕੁੜੀ ਆ ਦਾ 4 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਾਉਣ ਦੇ ਨੂੰ 400 ਰੁਪਏ ਦਿਹਾੜੀ ਦੇ ਨਾਲ ਵੀ 400 ਰੁਪਏ ਦਿਹਾੜੀ ਨਾਲ ਵੀ ਕਿੰਨਾ ਪੈਸਾ ਬਣਦਾ ਵੀ ਦੇਖੋ ਨਾ ਸਾਰੀ ਇਨਸਾਨੀਅਤ ਮਰੀ ਪਈ ਆ ਤੇ ਇਹਨੂੰ ਬੁੱਧੀ ਨਹੀਂ ਤੇ ਉਹ ਟੋਕੇ ਦੇ ਵਿੱਚ ਜਦੋਂ ਲਾਉਂਦਾ ਰੁੱਗ ਬਣਾਉਣਾ ਵਧਾ ਭਾਜੀ ਮੇਰੀ ਗੱਲ ਸੁਣੋ ਭਾਵੇਂ ਉਹ ਕੰਮ ਰੁੱਗ ਲਾਉਂਦਾ ਹੈ ਭਾਵੇਂ ਜਿਹੜਾ ਮਰਜ਼ੀ ਕਰੇ ਜਿਹੜਾ 4 ਸਾਲ ਦਾ ਜਿੰਨਾ ਵੀ ਤੁਸੀਂ ਕਹਿ ਰਹੇ ਹੋ 4 ਸਾਲ 5 ਸਾਲ 3 ਸਾਲ ਉਹਦੀ ਜਿੰਨੀ ਮਿਹਨਤ ਬਣਦੀ ਆ ਉਹਨੂੰ ਉਹ ਮਿਲਣੀ ਚਾਹੀਦੀ ਆ ਚਾਹੀਦੀ ਆ ਹੱਕ ਉਹਦਾ ਮਿਲਣਾ ਚਾਹੀਦਾ ਹੱਕ ਉਹਨੂੰ ਮਿਲਣਾ ਚਾਹੀਦਾ ਉਹਦਾ ਹੱਕ ਮਿਲਣਾ ਚਾਹੀਦਾ ਕੱਲ ਨੂੰ ਤਾਂ ਫਿਰ ਜਿਹੜਾ ਮਰਜ਼ੀ ਕਰ ਲੇਗਾ ਇੱਕ ਭਰਾ ਨੇ ਇੱਕ ਹੋਰ ਬੰਦਾ ਰੱਖਿਆ ਵਾ ਕੋਈ ਗੱਲ ਨਹੀਂ ਮੈਨੂੰ ਲਾ ਲੈਂਦੇ ਮੈਨੂੰ ਦਾ ਉਹਨੂੰ ਵੀ ਲੈ ਜਾਣਾ ਕੋਈ ਗੱਲ ਨਹੀਂ ਉਹਨੂੰ ਤੇ ਭਾ 6-7 ਸਾਲ ਹੋ ਗਏ ਹਿਮਾਚਲ ਚ ਸੂਰ ਹੈ ਹਲੇ ਕੋਈ ਗੱਲ ਨਹੀਂ ਚਲੋ ਬਾਰ ਬਾਰ ਉਹ ਗੱਡੀ ਚੋਣਾ ਚਲੋ
ਇਜਾਜ਼ਤ ਦਿਓ ਮੈਨੂੰ ਹਨਾ, ਚਲੋ ਧੰਨਵਾਦ ਨਹੀਂ ਚੱਲੀਏ, ਚੰਗਾ ਵੀਰ ਜੀ ਧੰਨਵਾਦ ਸਾਰੇ ਭਰਾਵਾਂ ਦਾ, ਨਹੀਂ ਵੀਰਾਂ ਵੀਰਾਂ ਦਾ ਧੰਨਵਾਦ ਜਿਹਨਾਂ ਨੇ ਆਪਾਂ ਨੂੰ ਦੱਸ ਪਾਈ ਸੀਗੀ, ਤੇ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਲ ਦੇ ਪੈਸੇ ਦੇਣੇ ਆ ਅਸੀਂ, ਕਹਿੰਦੇ ਜੋ ਨਰੇਗਾ ਦੀ ਦਿਹਾੜੀ ਚੱਲਦੀ ਉਹਦੇ ਬਣਾ ਲਓ, ਠੀਕ ਆ, ਇੱਕ ਅੱਸੀ ਬਣਿਆ ਕਿਤੇ ਲੱਖ ਲੈ ਲਓ, ਅਸੀਂ ਮੰਗਤੇ ਥੋੜੂ ਤੁਸੀਂ ਮੰਗਣਾ ਗਿਆ ਸੀ ਤਾਂ ਉੱਥੇ ਸਤਾ ਲਾਂਗੇ ਇਹਨੂੰ, ਦੋ ਮਿੰਟਾਂ ਚ ਜਾਣਾ, ਉਹਨਾਂ ਨੇ ਇੱਕ ਅੱਸੀ ਕਿਹਾ ਨਾ ਡੇਢ ਤੇ ਗੱਲ ਮੁੱਕ ਗਈ, ਕਹਿ ਮੁਕਾ ਦੇ ਡੇਢ ਤੇ, ਜਾ ਦੇ ਜਾ ਦੇ ਜਾ ਲਾਸਟ ਹੀ ਆ, ਹੁਣ ਗੱਲ ਨਾ ਹੀ ਗਾਂ ਲੈ ਕੇ ਜਾਣੀ ਨਾ ਹੀ ਪਛਾਣ ਲੈ ਕੇ ਜਾਣੀ, ਹੁਣ 20 ਤੇ ਨਹੀਂ, ਹੁਣ ਇੱਕ 20 ਤੇ ਨਹੀਂ ਆਣਾ, ਇੱਕ 30 ਤੇ ਨਹੀਂ ਆਣਾ, ਇੱਕ 40 ਤੇ ਨਹੀਂ ਆਣਾ, ਚੱਲੀਏ ਚੰਗਾ, ਹਾਂ ਨਹੀਂ ਵੀ ਠੀਕ ਹੈ, ਤੂੰ ਗੱਲ ਕੀਤੀ ਹੁਣ, ਹਾਂ ਡੇਢ ਦੇ ਠੀਕ ਹੈ, ਹਾਂ ਸਾਨੂੰ ਰੁਕ ਜਾਣਗੇ ਓਦਣ ਗੁਰਾ ਕਿਤੇ, ਮੈਨੂੰ ਮੈਨੂੰ ਕਦੇ ਕਿਸੇ ਨੇ ਗਾਲਾਂ ਨਹੀਂ ਕੱਢੀਆਂ, ਤੂੰ ਅੱਧੀਆਂ ਗਾਲਾਂ ਤੇਰੀਆਂ ਹੀ, ਹਾਂ ਸੰਗ ਜੀ ਆਹ ਬੰਦਾ ਜੀ ਜਿਹਦੇ ਕਹਿ ਤੇ ਮੈਂ ਸੰਗ ਜੀ, ਵੈਸੇ ਹੁਣ ਚਲੋ ਧੰਨਵਾਦ, ਖੁਸ਼ੀ ਤਾਦ ਅੱਜ ਸਾਨੂੰ ਕਿਉਂਕਿ ਵੀਰ ਦਾ ਪਰਿਵਾਰ ਮਿਲ ਗਿਆ ਵਾ, ਠੀਕ ਹੈ ਜੀ, ਚਲੋ ਪੈਸਾ ਹੱਥ ਦੀ ਮੈਲ ਹੁੰਦੀ ਆਉਂਦਾ ਜਾਂਦਾ ਰਹਿੰਦਾ, ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਵੀਰ ਦਾ ਪਰਿਵਾਰ ਮਿਲ ਗਿਆ, ਉਹ ਕਿਉਂ ਮਿਲਿਆ ਵਾ, ਇਹਨਾਂ ਵੀਰਾਂ ਦੀ ਬਦੌਲਤ, ਐਸ ਵੀਰ ਦੀ ਬਦੌਲਤ, ਠੀਕ ਹੈ ਜੀ, ਐਸ ਵੀਰ ਦੀ ਬਦੌਲਤ ਜਿਨ੍ਹਾਂ ਨੇ ਵਿਚਾਰਿਆਂ ਨੇ ਰਿਸਕ ਲੈ ਕੇ ਉਹਦੀ ਮੈਨੂੰ ਪਰੂਫ ਦਿੱਤੇ, ਕਿਉਂਕਿ ਇਹ ਸਰਿਆਂ ਮੈਂ ਅੱਗੇ ਹੋ ਗਏ ਸੀਗੇ, ਉਹਦਾ ਦੱਸਣਾ ਨਹੀਂ ਸੀਗਾ, ਕਹਿੰਦੇ ਨਹੀਂ ਵੀਰ ਸਾਨੂੰ ਸਾਡੇ 'ਚ ਇੰਨੀ ਹਿੰਮਤ ਹੈਗੀ ਆ ਕਿ ਅਸੀਂ ਸੱਚ ਨੂੰ ਮੂੰਹ ਦੇ ਉੱਤੇ ਬੋਲਣ ਨੂੰ ਤਿਆਰ ਵਾਂ, ਸੱਚ ਮੂੰਹ ਦੇ ਉੱਤੇ ਕਹਿਣ ਨੂੰ ਤਿਆਰ ਵਾਂ, ਇਹ ਵੀਰ ਰਾਤ ਆਇਆ ਸੀ ਰਿਸਕ ਲੈ ਕੇ, ਤੇ ਇਹ ਉਲਟਾ ਇਹਦੇ ਇਹਨੂੰ ਬੁਰਾ ਭਲਾ ਕਹਿਣ ਲੱਗ ਪਈ ਸੀ, ਉਲਟਾ ਆ ਵੇਖ ਲਓ ਪਿੰਡ ਵਾਲੇ ਉਹਦੇ ਗਵਾਹੀ ਵੀ ਦੇਣ ਡੇ, ਤੇ ਬਾਕੀ ਵੀਰ ਜੀ ਬਾਕੀ ਇਹ ਗੱਲ ਵੇਖੋ, ਹਿੰਦੂ ਨੂੰ ਮੁਸਲਮਾਨ ਬਣਾਉਣਾ, ਮੁਸਲਮਾਨ ਨੂੰ ਸਿੱਖ ਬਣਾਉਣਾ, ਸਿੱਖ ਨੂੰ ਹਿੰਦੂ ਬਣਾਉਣਾ, ਮਤਲਬ ਕਿ ਇਹ ਕਾਨੂੰਨ ਵੀ ਜੁਰਮ ਵਾ ਅਤੇ ਰੱਬ ਵੱਲੋਂ ਵੀ ਜੁਰਮ ਵਾ, ਜੋ ਜਿਹੜੇ ਧਰਮ 'ਚ ਰੱਬ ਨੇ ਉਹਨੂੰ ਪੈਦਾ ਕੀਤਾ ਉਹਨੂੰ ਉਸ ਧਰਮ 'ਚ ਹੀ ਰਹਿਣਾ ਚਾਹੀਦਾ, ਅਤੇ ਇਹਨਾਂ ਨੇ ਹਾਂਜੀ ਇੱਕ ਮੇਰੀ ਰਿਕੁਐਸਟ ਹੈ, ਹਾਂਜੀ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ 1.5 ਲੱਖ ਤੱਕ ਫਾਈਨਲ, ਹਾਂ ਉਹ ਨਹੀਂ ਮੰਨਦੇ, ਆਹੋ ਤੁਸੀਂ ਜਿੱਥੋਂ ਤੱਕ ਤੁਹਾਡਾ ਜ਼ੋਰ ਲੱਗਦਾ, ਹਾਂ ਭਾਵੇਂ ਮੈਂ ਵੀ ਉਸ ਮੁੰਡੇ ਦੇ ਹੱਕ 'ਚ ਨਹੀਂ ਖੜਾ ਨਾ, ਹਾਂਜੀ ਤੁਸੀਂ ਮੈਨੂੰ ਵੀ ਬੇਸ਼ੱਕ ਫਸਾ ਦਿਓ, ਨਹੀਂ ਆਪਣੇ ਤੱਕ ਐਗਜ਼ਾਮਪਲ ਨਹੀਂ ਨਹੀਂ, ਅਤੇ ਪਿੱਛੇ ਨਹੀਂ ਹਟਣਾ, ਅਸੀਂ ਹਾਂ ਹੁਣ ਕਿਉਂ ਪਿੱਛੇ, ਅਸੀਂ ਤੁਹਾਡੇ ਨਾਲ ਆ, ਪਿੱਛੇ ਨਹੀਂ ਹਟਣਾ, ਜੋ ਉਹਦਾ ਹੱਕ ਆ ਉਹ ਲੈ ਕੇ ਛੱਡਣਾ, ਫਿਰ ਹੁਣ 1.5 ਲੱਖ 'ਤੇ ਨਹੀਂ ਨਿਬੇੜਿਆ, ਠੀਕ ਹੈ ਜੀ, ਹੁਣ ਇਹਨਾਂ ਵਿਰੁੱਧ ਜੇ ਧਰਨਾ ਦੇਣਾ ਪਿਆ ਤੇ ਮੇਰੇ ਵੀਰ ਜ਼ਰੂਰ ਖੜਨਾ ਜੇ ਨਾਲ, ਸ੍ਰੀ ਅਕਾਲ, ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਹਾਂ ਕਿੰਨਾ ਆਪਣਾ ਧੰਨਵਾਦ ਇਹਦਾ ਇਹਨਾਂ ਵੀਰ ਦਾ ਵੀ, ਇਹਨਾਂ ਨੇ ਜਿਹੜੇ ਸਰਪੰਚ ਸਾਹਿਬ ਨੂੰ ਪੂਰਾ ਗੱਲਾਂ ਖਰੀਆਂ ਕਹੀਆਂ ਵੀ ਤੁਸੀਂ ਵੋਟਾਂ ਦੇ ਬਾਰੇ ਹੀ ਨਾ ਸੋਚੋ, ਇਨਸਾਨੀਅਤ ਬਾਰੇ ਸੋਚੋ, ਸੱਚ ਬਾਰੇ ਸੋਚੋ, ਮੈਂ ਧੰਨਵਾਦ ਕਰਦਾ ਵੀਰ ਜੀ ਹੋਣਾਂ ਦਾ ਵੀ ਬਹੁਤ ਬਹੁਤ, ਅਤੇ ਸਾਰਾ ਧੰਨਵਾਦ ਮੇਰੇ ਜਿਹੜੇ ਭਰਾ ਆਏ ਆ, ਪਿੰਡ ਦੀ ਪੰਚਾਇਤ ਆਈ ਆ, ਪਿੰਡ ਦੇ ਵੀਰ ਆਏ ਆ, ਫੌਜੀ ਵੀਰ ਆਏ ਆ, ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਨਸਾਨੀਅਤ ਨਾਤੇ ਇੰਨੀ ਗਰਮੀ ਦੇ ਵਿੱਚ ਉਹਦੇ ਵਾਸਤੇ ਖਲੋਤੇ ਆ, ਪਰ ਫਿਰ ਵੀ ਪਰਿਵਾਰ ਨਹੀਂ ਮੰਨਿਆ, ਚਲੋ ਦੇਖਦੇ ਹੁਣ ਕੀ ਬਣਦਾ, ਠੀਕ ਹੈ ਜੀ, ਹੈਂ ਇਹ ਕੱਲ੍ਹ ਨੂੰ
ਕੱਲ ਨੂੰ ਹੋ ਜਾਓ। ਹਾਂ ਅੱਜ ਤੇ ਘਰੇ ਹੀ ਪਹੁੰਚਣਾ। ਹਾਂ ਚਲੋ ਧੰਨਵਾਦ ਜੀ ਤੁਹਾਡਾ ਜੀ। ਹੋਰ ਠੀਕ ਠਾਕ? ਚੰਗਾ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਹਾਂ ਚਲੋ ਥੈਂਕ ਯੂ ਵੀਰੇ। ਓਕੇ ਬ੍ਰਦਰ, ਓਕੇ, ਵਾਹਿਗੁਰੂ।